ਨਮਸਕਾਰ, ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਇੰਡੀਆ ਨਿਊਜ਼ ਪੰਜਾਬ ਤੇ ਪੰਜਾਬ ਪੁਆਇੰਟਸ, ਤੁਹਾਡਾ ਸਵਾਗਤ ਹੈ। ਪੰਜਾਬ ਪੁਆਇੰਟ ਦੇ ਵਿੱਚ ਅੱਜ ਗੱਲ ਕਰਾਂਗੇ ਪਾਕਿਸਤਾਨ ਦੀ। ਪਾਕਿਸਤਾਨ ਦੀ ਵਾਰ ਵਾਰ ਉਸ ਨੀਅਤ ਹੀ ਜਿਸ ਦੇ ਉੱਪਰ ਸਵਾਲ ਖੜ੍ਹੇ ਹੋ ਰਹੇ ਨੇ। ਪਾਕਿਸਤਾਨ ਨੇ ਮੁੜ ਅਜਿਹਾ ਕਾਰਾ ਕੀਤਾ ਅਤੇ ਹੁਣ ਸਵਾਲ ਖੜ੍ਹੇ ਹੋ ਗਏ ਨੇ। ਇੱਕ ਪਾਸੇ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਤਿਆਰੀਆਂ ਹੋ ਰਹੀਆਂ ਨੇ। ਕਰਤਾਰਪੁਰ ਸਾਹਿਬ ਕੋਰੀਡੋਰ ਬਣ ਰਿਹਾ, ਲਾਂਘੇ ਦੀ ਤਿਆਰੀਆਂ ਹੋ ਰਹੀਆਂ ਨੇ ਅਤੇ ਅਧਿਕਾਰੀ ਜਿਹੜੇ ਨੇ ਪਾਕਿਸਤਾਨ ਦੇ ਅਤੇ ਭਾਰਤ ਦੇ ਆਪਸ ਦੇ ਵਿੱਚ ਮੁਲਾਕਾਤ ਕਰ ਰਹੇ ਨੇ। ਗੱਲਬਾਤ ਹੋ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਜਲਦੀ ਤੋਂ ਜਲਦੀ ਲਾਂਘਾ ਬਣਾਇਆ ਜਾ ਸਕੇ। ਅਤੇ ਦੂਜੇ ਪਾਸੇ ਪਾਕਿਸਤਾਨ ਦੇ ਅੰਦਰੋਂ ਖਬਰ ਆਉਂਦੀ ਹੈ, ਲਾਹੌਰ ਤੋਂ ਤਕਰੀਬਨ 100 ਕਿਲੋਮੀਟਰ ਦੂਰੀ 'ਤੇ ਨਾਰੋਵਾਲ ਇੱਕ ਥਾਂ ਹੈ ਜਿੱਥੇ ਬਾਬਾ ਗੁਰੂ ਨਾਨਕ ਮਹਿਲ ਬਣਾਇਆ ਗਿਆ ਸੀਗਾ। 16 ਕਮਰੇ ਉਸਦੇ ਵਿੱਚ ਹੈਗੇ ਹੈ ਅਤੇ ਉਹਨਾਂ ਦੀ ਪੂਰੀ ਤਰ੍ਹਾਂ ਭੰਨ ਤੋੜ ਕਰ ਦਿੱਤੀ ਗਈ ਹੈ। ਗੁਰੂ ਨਾਨਕ ਦੇਵ ਜੀ ਦੇ ਨਾਲ ਉਹ ਜਗ੍ਹਾ ਦੱਸੀ ਜਾਂਦੀ ਹੈ, ਉਹਨਾਂ ਦੇ ਨਾਲ ਸੰਬੰਧਿਤ ਜਗ੍ਹਾ ਹੈਗੀ। 16 ਕਮਰੇ ਬਣਾਏ ਹੋਏ ਸੀ, ਇੱਕ ਵੱਡਾ ਹਵੇਲੀ ਨੁਮਾ ਉਹ ਗੁਰੂ ਘਰ ਦੇ ਰੂਪ ਦੇ ਵਿੱਚ ਇੱਕ ਮਹਿਲ ਸੀਗਾ ਅਤੇ ਉਸਦੀ ਅਲਮਾਰੀਆਂ, ਉਸਦੇ ਦਰਵਾਜ਼ੇ, ਉਸਦੇ ਰੋਸ਼ਨਦਾਨ ਸਾਰੇ ਤੋੜ ਕੇ ਕੋਈ ਲੈ ਜਾਂਦਾ ਅਤੇ ਉਸਦਾ ਪਤਾ ਹੀ ਨਹੀਂ ਚੱਲਦਾ। ਉੱਧਰ ਦੇ ਜਿਹੜੇ ਲੋਕ ਨੇ ਉਹ ਕਹਿੰਦੇ ਨੇ ਕਿ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਪਰ ਕਿਸੇ ਨੇ ਕਾਰਵਾਈ ਨਹੀਂ ਕੀਤੀ। ਸੋ ਇਸ ਕਰਕੇ ਮਿਲੀ ਭੁਗਤ ਦਾ ਜਿਹੜਾ ਸ਼ੱਕ ਜਤਾਇਆ ਜਾ ਰਿਹਾ। ਸੋ ਸਵਾਲ ਅੱਜ ਪਾਕਿਸਤਾਨ ਦੀ ਨੀਅਤ ਦੇ ਉੱਪਰ ਖੜ੍ਹੇ ਹੋ ਰਹੇ ਹੈ ਅਤੇ ਇਸੇ ਦੇ ਉੱਪਰ ਅੱਜ ਅਸੀਂ ਪੰਜਾਬ ਪੁਆਇੰਟ ਦੇ ਵਿੱਚ ਚਰਚਾ ਕਰਨ ਜਾ ਰਹੇ ਹਾਂ। ਸੋ ਸਵਾਲ ਕੀ ਖੜ੍ਹਾ ਹੋ ਰਿਹਾ ਹੈ, ਸਵਾਲ ਖੜ੍ਹਾ ਹੋ ਰਿਹਾ ਪਾਕਿਸਤਾਨ 'ਤੇ ਮੁੜ ਕਿਉਂ ਵਾਰ ਵਾਰ ਸਵਾਲ ਉੱਠ ਰਹੇ ਨੇ? ਬਾਬਾ ਗੁਰੂ ਨਾਨਕ ਮਹਿਲ ਦੀ ਭੰਨ ਤੋੜ ਕਿਉਂ ਕੀਤੀ ਗਈ, ਕਿਹਨੇ ਕੀਤੀ? ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਪਾਕਿਸਤਾਨੀ ਅਫਸਰਾਂ ਦੀ ਮਿਲੀਭਗਤ ਦੇ ਨਾਲ ਇਹ ਭੰਨ ਤੋੜ ਹੋਈ ਹੈ। ਗੁਰੂ ਨਾਨਕ ਸਾਹਿਬ ਦੇ ਨਾਲ ਜੁੜੀ ਹੋਈ ਇਹ ਥਾਂ ਹੈ ਅਤੇ ਉਸਦੀ ਭੰਨ ਤੋੜ ਕਿਵੇਂ ਹੋ ਸਕਦੀ ਹੈ ਅਤੇ ਸਰਕਾਰ ਨੂੰ ਪਤਾ ਹੀ ਨਾ ਹੋਵੇ? ਇੱਕ ਪਾਸੇ ਮੁਲਾਕਾਤਾਂ ਦਾ ਦੌਰ ਚੱਲ ਰਿਹਾ ਅਤੇ ਦੂਜੇ ਪਾਸੇ ਆਖਿਰ ਸਾਡੇ ਨਾਲ ਧੋਖਾ ਦਿੱਤਾ ਜਾ ਰਿਹਾ ਸਾਨੂੰ, ਆਖਿਰ ਕਿਉਂ? ਇਹ ਸਵਾਲ ਹੈ। ਅਤੇ ਕੀ ਪਾਕਿਸਤਾਨ ਦੇ ਇਰਾਦੇ ਨੇਕ ਨੇ, ਉਸ 'ਤੇ ਭਰੋਸਾ ਕੀਤਾ ਜਾ ਸਕਦਾ ਹੈ? ਸਭ ਤੋਂ ਵੱਡਾ ਸਵਾਲ ਤਾਂ ਇਹੀ ਹੈ, ਕਿਉਂਕਿ ਇਸ ਸਵਾਲ ਦਾ ਜੇ ਜਵਾਬ ਮਿਲ ਜਾਏ ਤਾਂ ਸਾਰੇ ਸਵਾਲ ਖਤਮ ਹੋ ਜਾਂਦੇ ਨੇ ਕਿ ਪਾਕਿਸਤਾਨ 'ਤੇ ਭਰੋਸਾ ਕੀਤਾ ਜਾ ਸਕਦਾ ਹੈ ਕਿ ਨਹੀਂ। ਇੱਕ ਛੋਟੀ ਜਿਹੀ ਰਿਪੋਰਟ ਵੇਖਦੇ ਹਾਂ ਉਸਦੇ ਉੱਪਰ, ਉਸ ਤੋਂ ਬਾਅਦ ਇਸਦੇ ਉੱਪਰ ਹੀ ਚਰਚਾ ਸ਼ੁਰੂ ਕਰਾਂਗੇ। ਪਾਕਿਸਤਾਨ ਦੇ ਪੰਜਾਬ ਸੂਬੇ 'ਚ ਸਥਿਤ ਇਤਿਹਾਸਕ ਗੁਰੂ ਨਾਨਕ ਮਹਿਲ ਪਿੰਡ ਬਾਠਾਂਵਾਲਾ 'ਚ ਤੋੜ ਭੰਨ ਦਾ ਮਾਮਲਾ ਸਾਹਮਣੇ ਆਇਆ। ਕੁਝ ਸਥਾਨਕ ਲੋਕਾਂ ਦੇ ਔਕਾਫ ਵਿਭਾਗ ਦੇ ਅਧਿਕਾਰੀਆਂ ਦੀ ਕਥਿਤ ਸਹਿਮਤੀ ਦੇ ਨਾਲ ਕਰੀਬ 400 ਸਾਲਾਂ ਪੁਰਾਣੇ ਗੁਰੂ ਨਾਨਕ ਮਹਿਲ ਦਾ ਵੱਡਾ ਹਿੱਸਾ ਤੋੜ ਦਿੱਤਾ ਗਿਆ। ਇਸ ਦੇ ਨਾਲ ਹੀ ਮਹਿਲ ਦੀਆਂ ਕੀਮਤੀ ਖਿੜਕੀਆਂ ਅਤੇ ਦਰਵਾਜ਼ੇ ਵੀ ਵੇਚ ਦਿੱਤੇ ਗਏ ਨੇ। ਇਲਾਕੇ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਤੋੜ ਭੰਨ ਲਈ ਜ਼ਿੰਮੇਵਾਰ ਲੋਕਾਂ ਦੇ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਪਾਕਿਸਤਾਨੀ ਮੀਡੀਆ ਅਤੇ ਰੋਜ਼ਾਨਾ ਅਖਬਾਰ ਦਾ ਡੌਨ ਦੀ ਇੱਕ ਰਿਪੋਰਟ ਦੇ ਮੁਤਾਬਕ ਇਸ 4 ਮੰਜ਼ਿਲਾ ਇਮਾਰਤ ਦੀਆਂ ਕੰਧਾਂ 'ਤੇ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੀਆਂ ਤਸਵੀਰਾਂ ਲੱਗੀਆਂ ਸਨ। ਦੱਸਿਆ ਜਾਂਦਾ ਹੈ ਕਿ ਗੁਰੂ ਨਾਨਕ ਮਹਿਲ 4 ਸਦੀ ਪਹਿਲਾਂ ਬਣਾਇਆ ਗਿਆ ਸੀ ਅਤੇ ਇਸ ਥਾਂ 'ਤੇ ਭਾਰਤ ਸਣੇ ਦੁਨੀਆ ਭਰ ਤੋਂ ਸਿੱਖ ਇਸ ਨੂੰ ਵੇਖਣ ਆਉਂਦੇ ਸਨ। ਸੂਬਾ ਰਾਜਧਾਨੀ ਲਾਹੌਰ ਤੋਂ ਕਰੀਬ 100 ਕਿਲੋਮੀਟਰ ਦੂਰ ਨਾਰੋਵਾਲ ਸ਼ਹਿਰ 'ਚ ਬਣੇ ਇਸ ਮਹਿਲ 'ਚ 16 ਕਮਰੇ ਸਨ ਅਤੇ ਹਰ ਕਮਰੇ 'ਚ ਘੱਟੋ ਘੱਟ 3 ਦਰਵਾਜ਼ੇ ਅਤੇ 4 ਰੋਸ਼ਨਦਾਨ ਸਨ। ਜਾਣਕਾਰੀ ਦੇ ਮੁਤਾਬਕ ਔਕਾਫ ਵਿਭਾਗ ਦੇ ਅਧਿਕਾਰੀਆਂ ਦੀ ਕਥਿਤ ਸਹਿਮਤੀ ਦੇ ਨਾਲ ਸਥਾਨਕ ਲੋਕਾਂ ਦੇ ਇੱਕ ਸਮੂਹ ਨੇ ਮਹਿਲ ਦੇ ਅਸ਼ੰਕ ਹਿੱਸੇ ਨੂੰ ਢਹਿ ਢੇਰੀ ਕਰ ਦਿੱਤਾ ਅਤੇ ਉਸ ਦੀਆਂ ਕੀਮਤੀਆਂ ਖਿੜਕੀਆਂ, ਦਰਵਾਜ਼ੇ ਅਤੇ ਰੋਸ਼ਨਦਾਨ ਵੇਚ ਦਿੱਤੇ। ਅਧਿਕਾਰੀਆਂ ਨੂੰ ਇਸ ਮਹਿਲ ਦੇ ਮਾਲਕ ਬਾਰੇ ਕੋਈ ਜਾਣਕਾਰੀ ਨਹੀਂ ਹੈ, ਜੋ ਦੱਸਿਆ ਜਾ ਰਿਹਾ ਹੈ। ਪਾਕਿਸਤਾਨੀ ਮੀਡੀਆ ਦੇ ਹਵਾਲੇ ਦੇ ਮੁਤਾਬਕ ਔਕਾਫ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਬਾਰੇ ਦੱਸਿਆ ਗਿਆ ਸੀ ਕਿ ਕੁਝ ਪ੍ਰਭਾਵਸ਼ਾਲੀ ਲੋਕ ਇਮਾਰਤ ਦੇ ਵਿੱਚ ਭੰਨ ਤੋੜ ਕਰ ਰਹੇ ਨੇ।
ਪਰ ਕਿਸੇ ਵੀ ਅਧਿਕਾਰੀ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਉੱਥੇ ਕੋਈ ਪਹੁੰਚਿਆ। ਨਾਰੋਵਾਲ ਦੇ ਡਿਪਟੀ ਕਮਿਸ਼ਨਰ ਵਹੀਦ ਅਸਗਾਰ ਨੇ ਕਿਹਾ ਕਿ ਮਾਲੀਆ ਰਿਕਾਰਡ 'ਚ ਇਸ ਇਮਾਰਤ ਦਾ ਕੋਈ ਜ਼ਿਕਰ ਨਹੀਂ ਹੈ। ਇਹ ਇਮਾਰਤ ਇਤਿਹਾਸਕ ਪ੍ਰਤੀਤ ਹੁੰਦੀ ਹੈ ਅਤੇ ਅਸੀਂ ਨਗਰ ਪਾਲਿਕਾ ਕਮੇਟੀ ਦੇ ਰਿਕਾਰਡ ਦੀ ਜਾਂਚ ਕਰ ਰਹੇ ਹਾਂ। ETBP ਸਿਆਲਕੋਟ ਖੇਤਰ ਦੇ ਰੈਂਟ ਕਲੈਕਟਰ ਮੁਤਾਬਕ ਉਹਨਾਂ ਦੀ ਟੀਮ ਗੁਰੂ ਨਾਨਕ ਮਹਿਲ ਬਾਠਾਂਵਾਲਾ ਦੇ ਸੰਬੰਧ 'ਚ ਜਾਂਚ ਕਰ ਰਹੀ ਹੈ। ਜੇ ਜਾਇਦਾਦ ETBP ਦੀ ਹੋਈ ਤਾਂ ਇਸ 'ਚ ਭੰਨਤੋੜ ਕਰਨ ਵਾਲਿਆਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਵਿਚਾਲੇ ਭਾਰਤ 'ਚ ਸਿੱਖ ਕੌਮ ਇਸ ਭੰਨਤੋੜ ਦੀ ਖਬਰ ਤੋਂ ਕਾਫ਼ੀ ਦੁਖੀ ਹੈ ਅਤੇ ਉਹਨਾਂ ਵੱਲੋਂ ਇਸ ਪ੍ਰਤੀ ਕਾਫ਼ੀ ਰੋਸ ਵੀ ਜ਼ਾਹਿਰ ਕੀਤਾ ਜਾ ਰਿਹਾ ਹੈ। ਕੇ ਲਈ ਜੋ ਰਿਕੁਆਇਰਡ ਫੰਡਸ ਹੈ ਉਹ ਵੀ ਹਮਨੇ ਗਵਰਨਮੈਂਟ ਕੋ ਲਿਖੇ ਹੈ ਤਬ ਉਹਨਾਂ ਨੇ ਹਮੇ ਬਤਾਇਆ ਟਾਕਿੰਗ ਆਇਆ ਕਿ ਉਸਕਾ ਪਾਰਟ ਇੱਕ ਪਾਰਟੀ ਉਸਕੋ ਡਿਮੋਲਿਸ਼ ਹੀ ਕਰ ਦਿਆ ਗਿਆ ਹੈ। ਅਭੀ ਜਬ ਹਮਨੇ ਵਹਾਂ ਸੇ ਜਾਣਕਾਰੀ ਲੈਣੇ ਕੀ ਕੋਸ਼ਿਸ਼ ਕੀ ਆਪਣੇ ਲੋਗੋਂ ਸੇ ਤੋ ਉਹਨਾਂ ਕਿਹਾ ਕਿ ਜਬ ਉਹ ਡਿਪਟੀ ਕਮਿਸ਼ਨਰ ਸੇ ਬਾਤਚੀਤ ਕਰੇ ਤੋ DC ਕਹਿ ਰਿਹਾ ਮੁਝੇ ਤੋ ਪਤਾ ਤੱਕ ਨਹੀਂ ਹੈ। 550 ਸਾਲ ਹਮ ਗੁਰੂ ਨਾਨਕ ਦੇਵ ਜੀ ਕਾ ਪ੍ਰਕਾਸ਼ ਪੁਰਬ ਮਨਾ ਰਹੇ ਹੈ। ਪਾਕਿਸਤਾਨ ਨੇ ਐਸ਼ੋਰ ਕੀਆ ਕਿ ਉਹ ਲਾਂਘਾ ਵੀ ਖੋਲੇਗਾ ਔਰ ਉਸ ਵਕਤ ਹਮੇ ਸਭੇ ਗੁਰੂ ਘਰੋਂ ਕੇ ਦਰਸ਼ਨ ਕਰਾਣੇ ਮੇ ਹਮਾਰਾ ਸਾਥ ਦੇਗਾ। ਜਿਸ ਜਗ੍ਹਾ ਪਰ ਜਾ ਕੇ ਦੇਸ਼ ਔਰ ਦੁਨੀਆ ਕੇ ਲੋਕ ਸੀਸ ਨਿਵਾਤੇ ਥੇ ਉਸ ਦਰਸ਼ਨੋਂ ਕੇ ਲਈ ਜਾਤੇ ਥੇ ਉਸ ਜਗ੍ਹਾ ਤੱਕ ਉਹ ਖਤਮ ਕਰ ਦਿਆ ਗਿਆ। ਇਹ ਬਹੁਤ ਦੁਖਦਾਈ ਹੈ। ਕਾ ਮਹਿਲ ਨਾਮ ਸੇ ਗੁਰਦੁਆਰਾ ਲਾਹੌਰ ਸੇ ਕੋਈ 20 ਕਿਲੋਮੀਟਰ ਦੂਰ ਵੋ ਗੁਰਦੁਆਰਾ ਸਾਹਿਬ ਥਾ ਉਸਕੇ ਖਿੜਕੀ ਦਰਵਾਜ਼ੇ ਤੋੜ ਕਰ ਵੇਚੇ ਗਏ ਹੈ, ਮਤਲਬ ਉਹ ਲੂਟੇ ਗਏ ਹੈ ਕਿਸਮ ਕੇ ਔਰ ਪੂਰੀ ਕੀ ਪੂਰੀ ਬਿਲਡਿੰਗ ਤੋੜ ਦੀ ਗਈ ਹੈ ਔਰ ਵਹਾਂ ਪਰ ਕੁਛ ਨਈ ਬਿਲਡਿੰਗ ਬਣਾਉਣੇ ਕੀ ਕੋਈ ਸਾਜਿਸ਼ ਹੋ ਰਹੀ ਹੈ। ਹਮ ਚਾਹਤੇ ਹੈ ਕਿ ਇਮਰਾਨ ਖਾਨ ਸਾਹਿਬ ਵੈਸੇ ਤੋ ਬੜੀ ਦੋਸਤੀ ਕੀ ਬਾਤ ਕਰਤੇ ਹੈ, ਕਰਤਾਰਪੁਰ ਕੋਰੀਡੋਰ ਕੀ ਬਾਤ ਕਰਤੇ ਥੇ, ਅਬ ਐਕਸ਼ਨ ਕਰੇ। ਅਗਰ ਉਨਕੇ ਦੇਸ਼ ਮੇਂ ਇਸ ਪ੍ਰਕਾਰ ਸੇ ਲੂਟ ਹੋਗੀ ਹਮਾਰੇ ਗੁਰਦੁਆਰੋਂ ਕੀ ਤੋ ਕੈਸੇ ਸੰਬੰਧੋਂ ਕੀ ਬਾਤ ਕਰੇਂਗੇ ਵੋ। ਗੌਰਤਲਬ ਹੈ ਕਿ ਇੱਕ ਪਾਸੇ ਪਾਕਿਸਤਾਨੀ ਅਧਿਕਾਰੀ ਕਰਤਾਰਪੁਰ ਲਾਂਘੇ ਲਈ ਭਾਰਤੀ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਤਾਂ ਦੂਜੇ ਪਾਸੇ ਪਾਕਿਸਤਾਨ ਆਪਣੀ ਜ਼ਮੀਨ 'ਤੇ ਸਥਿਤ ਸਿੱਖ ਗੁਰਧਾਮਾਂ ਨੂੰ ਢਹਿਟੇਰੀ ਕਰਵਾਉਣ 'ਚ ਲੱਗਾ। ਅਜੇ ਸਵਾਲ ਖੜ੍ਹੇ ਹੁੰਦੇ ਨੇ ਕਿ ਕੀ ਪਾਕਿਸਤਾਨ 'ਤੇ ਵਿਸ਼ਵਾਸ ਕੀਤਾ ਜਾ ਸਕਦਾ। ਬਿਊਰੋ ਰਿਪੋਰਟ, ਇੰਡੀਆ ਨਿਊਜ਼ ਪੰਜਾਬ। ਸੋ ਪਾਕਿਸਤਾਨ ਦੇ ਲਾਹੌਰ ਤੋਂ ਤਕਰੀਬਨ 100 ਕਿਲੋਮੀਟਰ ਜਗ੍ਹਾ ਦੱਸੀ ਜਾ ਰਹੀ ਹੈ ਨਾਰੋਵਾਲ ਦੇ ਵਿੱਚ ਜਿੱਥੇ ਇਹ ਸਾਰਾ ਭਾਣਾ ਵਾਪਰਿਆ। ਬਾਬਾ ਗੁਰੂ ਨਾਨਕ ਮਹਿਲ ਨਾਂ ਦੀ ਇਹ ਥਾਂ ਹੈ, ਇੱਕ ਕਿਲ੍ਹਾ ਨੁਮਾ ਜਿਹੜੀ ਇੱਕ ਥਾਂ ਸੀ ਗੁਰੂ ਨਾਨਕ ਦੇਵ ਜੀ ਨਾਲ ਦੱਸੀ ਜਾ ਰਹੀ ਹੈ ਸੰਬੰਧਿਤ ਹੈਗੀ ਹੈ। ਉੱਥੇ ਇੱਕ ਪ੍ਰਕਾਰ ਦੀ ਲੁੱਟ ਹੋਈ ਹੈ ਜਿਵੇਂ ਤੁਸੀਂ ਸੁਣਿਆ, ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਆਰ ਪੀ ਸਿੰਘ ਦੱਸ ਰਹੇ ਸੀ। ਅਜਿਹੀ ਲੁੱਟ ਹੋਈ ਹੈ ਆਖਿਰ ਕਿਉਂ? ਕੀ ਸਰਕਾਰ ਸੁੱਤੀ ਪਈ ਸੀ? ਉੱਥੇ ਦਾ ਪ੍ਰਸ਼ਾਸਨ ਸੁੱਤਾ ਪਿਆ ਸੀਗਾ? ਕਿਸੇ ਨੂੰ ਪਤਾ ਨਹੀਂ ਚੱਲਿਆ? ਇੰਨੀ ਇੰਪੋਰਟੈਂਟ ਥਾਂ ਹੋਵੇ ਸਿੱਖ ਧਰਮ ਨਾਲ ਜੁੜੀ ਹੋਈ ਅਤੇ ਉਹਨਾਂ ਦੇ ਲਈ ਹੁਣ ਪਾਕਿਸਤਾਨ ਦੀ ਸਰਕਾਰ ਇੰਨਾ ਵੱਡਾ ਕਲੇਮ ਕਰ ਰਹੀ ਹੈ, ਦਾਅਵਾ ਕਰ ਰਹੀ ਹੈ, ਉਸਦੇ ਬਾਵਜੂਦ ਅਜਿਹਾ ਹੋ ਜਾਏ ਆਖਿਰ ਕਿਉਂ? ਇਸ ਲਈ ਹੁਣ ਸਵਾਲ ਖੜ੍ਹਾ ਹੋ ਰਿਹਾ। ਖਾਸ ਤੌਰ 'ਤੇ ਮਹਿਮਾਨ ਵੀ ਸਾਡੇ ਨਾਲ ਜੁੜ ਗਏ ਨੇ, ਉਹਨਾਂ ਤਾਰੁਫ ਤੁਹਾਡੇ ਨਾਲ ਕਰਵਾ ਦਿੰਦੇ। GS ਬਾਲੀ ਸਾਹਿਬ ਸ਼੍ਰੋਮਣੀ ਅਕਾਲੀ ਦਲ ਤੋਂ, ਸਵਿਤਾ ਸਿਸੋਦੀਆ ਜੀ ਕਾਂਗਰਸ ਪਾਰਟੀ ਤੋਂ, ਇਕਬਾਲ ਸਿੰਘ ਜੀ ਆਮ ਆਦਮੀ ਪਾਰਟੀ ਤੋਂ, ਹਰਜੀਤ ਸਿੰਘ ਭੁੱਲਰ ਜੀ ਭਾਰਤੀ ਜਨਤਾ ਪਾਰਟੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਸਵਾਲ ਹੀ ਖੜ੍ਹਾ ਹੋ ਰਿਹਾ ਕਿ ਪਾਕਿਸਤਾਨ ਦੇ ਉੱਪਰ ਹੁਣ ਸਵਾਲ ਕਿਉਂ ਖੜ੍ਹੇ ਹੋ ਰਿਹਾ? ਇਹ ਵਾਲੀ ਜਿਹੜੀ ਥਾਂ ਦੀ ਅਸੀਂ ਗੱਲ ਕੀਤੀ, ਤੁਸੀਂ ਰਿਪੋਰਟ ਵੀ ਦੇਖੀ, ਜ਼ਿਆਦਾਤਰ ਅਸੀਂ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ। 16 ਕਮਰੇ ਸੀਗੇ ਜੀ ਇਸ ਦੇ ਵਿੱਚ, 4 ਮੰਜ਼ਿਲਾ ਇਮਾਰਤ ਸੀਗੀ। ਜਿਹੜੀ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਜਿਹੜੀ ਇਮਾਰਤ ਹੈ ਹੁਣ ਢਹਿ-ਢੇਰੀ ਹੋ ਚੁੱਕੀ ਹੈ। 4 ਮੰਜ਼ਿਲ ਤੋਂ 1 ਮੰਜ਼ਿਲ 'ਤੇ ਆ ਗਈ ਹੈ ਬਿਲਕੁਲ, ਉਹ ਵੀ ਉਸਦਾ ਲੈਂਟਰ ਟੁੱਟ ਚੁੱਕਾ। 1 ਮੰਜ਼ਿਲ ਤੱਕ ਉਹਨੂੰ ਢਹਿ-ਢੇਰੀ ਕਰ ਦਿੱਤਾ ਗਿਆ। ਗੁਰੂ ਨਾਨਕ ਦੇਵ ਜੀ, ਕੁਝ ਹਿੰਦੂ ਸ਼ਾਸਕ ਸੀਗੇ, ਉਹਨਾਂ ਤਸਵੀਰਾਂ ਸੀਗੀਆਂ ਉੱਥੇ ਲਾਹੌਰ ਤੋਂ 100 ਕਿਲੋਮੀਟਰ ਦੀ ਦੂਰ ਨਾਰੋਵਾਲ 'ਚ ਇਤਿਹਾਸਿਕ ਥਾਂ ਹੈਗੀ ਹੈ, ਲੋਕ ਵੱਡੀ ਗਿਣਤੀ ਇੱਥੇ ਪਹੁੰਚਦੇ ਸੀਗੇ। ਇਸ ਮਹਿਲ ਦੇ ਵਿੱਚ ਤੋੜਫੋੜ ਕਰਨ ਤੋਂ ਬਾਅਦ ਜਿਹੜਾ ਕੀਮਤੀ ਸਮਾਨ ਸੀਗਾ, ਦਰਵਾਜ਼ੇ, ਰੋਸ਼ਨਦਾਨ, ਇਹ ਸਾਰੇ ਜਿਹੜੇ ਹੈ ਤਸਵੀਰਾਂ ਚੁਰਾ ਕੇ ਲੈ ਗਏ, ਉੱਥੇ ਚੋਰੀ ਕਰਕੇ ਲੈ ਕੇ ਗਏ, ਲੁੱਟੀ ਹੋਈ ਇੱਕ ਪ੍ਰਕਾਰ ਦੀ। ਇਸ ਪੂਰੀ ਚੀਜ਼ ਨੂੰ ਕਿਸ ਤਰੀਕੇ ਨਾਲ ਸਮਝਿਆ ਜਾਵੇ? ਕਿਉਂਕਿ ਉੱਥੇ ਦਾ ਜਿਹੜਾ ਲੋਕਲ ਮੀਡੀਆ ਹੈ, ਉੱਥੇ ਦਾ ਪਾਕਿਸਤਾਨ ਦਾ ਨੈਸ਼ਨਲ ਮੀਡੀਆ ਵੀ ਹੈ, ਉਹਨਾਂ ਨੇ ਵੀ ਇਸ ਨੂੰ ਰਿਪੋਰਟ ਕੀਤਾ। ਬਾਲੀ ਸਾਹਿਬ,
ਪਾਕਿਸਤਾਨ ਦੇ ਸਵਾਲ ਖੜੇ ਹੋਣੇ ਲਾਜ਼ਮੀ ਹੈ ਕਿ ਨਹੀਂ? ਬਿਲਕੁਲ 100%। ਅਸੀਂ ਤਾਂ ਬਹੁਤ ਦੇਰ ਤੋਂ ਇਹ ਗੱਲ ਕਹਿੰਦੇ ਆ ਰਹੇ ਹਾਂ ਕਿ ਬਦਨੀਅਤ ਹੈ ਉਹਨਾਂ ਦੀ, ਉਹਨਾਂ ਦੀ ਨੀਅਤ ਹੀ ਕਲੀਅਰ ਨਹੀਂ ਹੈਗੀ ਪਾਕਿਸਤਾਨ ਦੀ, ਨਾ ਹੀ ਹਿੰਦੁਸਤਾਨ ਦੇ ਪ੍ਰਤੀ ਹੋ ਸਕਦੀ ਹੈ, ਨਾ ਹੀ ਉਹਨਾਂ ਦੇ ਪੀਰਾਂ ਬਗੰਬਰਾਂ ਦੇ ਪ੍ਰਤੀ ਹੋ ਸਕਦੀ ਹੈ। ਹੁਣ ਤੁਸੀਂ ਇੱਕ ਪਾਸੇ 'ਤੇ ਦੇਖੋ, ਇਮਰਾਨ ਖਾਨ ਜੀ ਬੜੀ ਵੱਡੀ ਸ਼ੋਭਾ ਲੈਂਦੇ ਨੇ UNO 'ਚ ਜਾ ਕੇ, ਉਹ ਕਹਿੰਦੇ ਨੇ ਦੇਖੋ ਜੀ ਅਸੀਂ ਪ੍ਰਸਤਾਵ ਰੱਖਿਆ, ਕੋਰੀਡੋਰ ਖੋਲ੍ਹਿਆ, ਇੱਥੇ ਦੇ ਮੰਤਰੀ ਸਮਾਨ ਵੀ ਗਏ, ਉੱਥੇ ਜਾ ਕੇ ਗੱਲਬਾਤ ਵੀ ਹੋਈ, ਬੜਾ ਵੱਡਾ ਫੰਕਸ਼ਨ ਵੀ ਹੋਇਆ। ਔਰ ਉਹਨਾਂ ਦੇ ਹੀ ਸਟੇਟ ਦੇ ਵਿੱਚ ਦੇਖੋ, ਹੁਣ ਤੁਹਾਡੇ ਸਾਹਮਣੇ ਗੁਰੂ ਨਾਨਕ ਸਾਹਿਬ ਦੇ ਉੱਥੇ ਲੁੱਟ ਹੋਈ ਹੈ, ਜੋ ਕਿ TV ਦੱਸ ਰਿਹਾ, ਤੁਸੀਂ ਦੱਸ ਰਹੇ ਹੋ, ਤੁਹਾਡੇ ਸਾਹਮਣੇ ਹੈ। ਇਹ ਸਿਰਫ ਆਈ ਵਾਸ਼ ਕਰਦੇ ਨੇ। ਪਾਕਿਸਤਾਨ ਨਾ ਕਦੀ ਸਾਡੇ ਨਾਲ ਦੋਸਤੀ ਕਰ ਸਕਦਾ, ਨਾ ਕਦੀ ਕਰੇਗਾ। ਉਹ ਬਦਨੀਅਤ ਹੈ, ਉਹ ਕੰਟਰੀ ਹੀ ਬਦਨੀਅਤ ਹੈ। ਐਵੇਂ ਨਹੀਂ ਕਿਹਾ ਦੁਨੀਆਂ ਦੇ ਸਾਰੇ ਲੋਕਾਂ ਨੇ ਕਿ ਉਹਨਾਂ ਨੂੰ ਟੈਰਰਿਸਟ ਘੋਸ਼ਿਤ ਕਰ ਦੇਣਾ ਚਾਹੀਦਾ ਹੈਗਾ। ਕਦੀ ਸੰਬੰਧ ਸਾਡੇ ਨਾਲ, ਹਮੇਸ਼ਾ ਹਿੰਦੁਸਤਾਨ ਕੋਸ਼ਿਸ਼ ਕਰਦਾ ਉਹਨਾਂ ਨਾਲ ਸੰਬੰਧ ਬਣਾਉਣ ਦੀ, ਚਾਹੇ ਅੱਜ ਦੀਆਂ ਮਲੇਸ਼ੀਆ ਨੇ ਚਾਹੇ ਪਹਿਲੇ ਦੀਆਂ ਨੇ, ਮਗਰ ਪਾਕਿਸਤਾਨ ਕਦੀ ਵੀ ਇਹੋ ਜਿਹੀ ਗੱਲ ਨਹੀਂ ਕਰਦਾ ਕਿ ਸ਼ਾਇਦ ਪੀਰਾਂ ਬਗੰਬਰਾਂ ਦੇ ਨਾਲ, ਸ਼ਾਇਦ ਉਹ ਪਿਤਾ ਪਰਮੇਸ਼ਰ ਦੇ ਨਾਲ ਆਪਸ 'ਚ ਸਾਡੀਆਂ ਕੰਟਰੀਆਂ ਦੀ ਗੱਲਬਾਤ ਠੀਕ ਹੋ ਜੇ, ਮਜ਼ਹਬਿਜ਼ਮ ਦੀ ਗੱਲਬਾਤ ਠੀਕ ਹੋ ਜੇ, ਮਗਰ ਸਾਨੂੰ ਲੱਗਦਾ ਨਹੀਂ ਹੈਗਾ ਕਿ ਪਾਕਿਸਤਾਨ ਕਦੀ ਇਹੋ ਜਿਹੀ ਗੱਲ ਕਰ ਪਾਏਗਾ। ਜਦੋਂ ਜਦੋਂ ਵੀ ਅਸੀਂ ਕਿਹਾ, ਹਮੇਸ਼ਾ ਇਹੋ ਜਿਹੀਆਂ ਵਾਰਦਾਤਾਂ ਹੋਈਆਂ ਨੇ। ਤੁਸੀਂ ਮਹਾਰਾਜ ਸੁੱਖ ਰੱਖਿਆ ਜੇ ਕੋਰੀਡੋਰ ਬਣ ਲੈਂਦੇ ਹੋ, ਫਿਰ ਕੀ ਹੋਏਗਾ, ਫਿਰ ਦੇਖਣਾ ਤੁਸੀਂ। ਅੱਜ ਤੁਹਾਡੇ ਸਾਹਮਣੇ ਆ, ਗੁਰੂ ਨਾਨਕ ਸਾਹਿਬ ਦੇ ਤਾਂ ਕੋਰੀਡੋਰ ਬਣਾ ਰਹੇ ਹਾਂ ਅਸੀਂ, ਗੁਰੂ ਨਾਨਕ ਸਾਹਿਬ ਦੀ ਤਾਂ ਗੱਲ ਕਰ ਰਹੇ, ਤਾਂ ਗੁਰੂ ਨਾਨਕ ਸਾਹਿਬ ਦਾ ਮਹਿਲ ਜਿੱਥੇ ਉਹ ਰਹਿੰਦੇ ਸਨ, ਜਿੱਥੇ ਉਹਨਾਂ ਦੀ ਯਾਦਗਾਰ ਸੀ, ਉਹ ਲੁੱਟ ਲਿਆ ਗਿਆ, ਤੇ ਪਾਕਿਸਤਾਨ 'ਚ ਅੱਜ ਸਾਡੇ ਮੀਡੀਆ 'ਚ ਵੀ ਆ ਗਿਆ ਉਹ, ਤੇ ਉੱਥੇ ਦੇ ਪ੍ਰਾਈਮ ਮਿਨਿਸਟਰ ਕਹਿੰਦੇ ਨੇ ਕਾਰਵਾਈ ਕੀਤੀ ਜਾਏਗੀ। ਜੀ ਤੁਰੰਤ ਕਾਰਵਾਈ ਕਿਉਂ ਨਹੀਂ ਹੋਈ ਉੱਥੇ? ਔਰ ਇਹੋ ਜਿਹੀ ਸੋਚ ਕਿਉਂ ਆਈ ਪਾਕਿਸਤਾਨ ਦੇ ਲੋਕਾਂ ਦੇ ਵਿੱਚ? ਸਭ ਤੋਂ ਵੱਡੀ ਗੱਲ ਇਹ ਹੈ, ਰਾਈਟ, ਜਦ ਅਸੀਂ ਭਾਈਚਾਰਾ ਚਾਹੁੰਦੇ ਹਾਂ ਆਪਸ 'ਚ, ਜਦ ਸ਼ਾਂਤੀ ਚਾਹੁੰਦੇ ਹਾਂ ਅਸੀਂ, ਪਿਆਰ ਮੁਹੱਬਤ ਅਸੀਂ ਅਗਰ ਆਪਸ 'ਚ ਚਾਹੁੰਦੇ ਹਾਂ, ਤੇ ਫਿਰ ਇਹੋ ਜਿਹੇ ਪੀਰ ਬਗੰਬਾ ਤੇ ਕਿਉਂ ਇਹੋ ਜਿਹੀ ਗੱਲ ਹੋਈ, ਜੋ ਕਿ ਬਹੁਤ ਹੀ ਨਿੰਦਣ ਯੋਗ ਹੈ, ਇਹੋ ਜਿਹੀ ਗੱਲ ਨਹੀਂ ਹੋਣੀ। ਅਸੀਂ ਜਿੰਨੀ ਨਿੰਦਾ ਕੀਤੀ ਜਾਏ, ਉਨੀ ਪਾਕਿਸਤਾਨ ਦੀ ਘੱਟ ਹੈਗੀ ਹੈ। ਰਾਈਟ, ਪੁੱਲਰ ਸਾਹਿਬ, ਪੁੱਲਰ ਸਾਹਿਬ, ਇਹ ਪੂਰੇ ਮਾਮਲੇ ਨੂੰ ਕਿਵੇਂ ਵੇਖੀਏ? ਦੇਖੋ, ਪਹਿਲੀ ਗੱਲ ਤੇ ਮੈਂ ਕਹਿਣੀ ਚਾਹੂੰਗਾ ਵੀ ਕੀ ਤੁਹਾਨੂੰ ਲੱਗਦਾ ਵੀ ਉੱਥੇ ਕੋਈ ਸਰਕਾਰ ਕੰਮ ਕਰ ਰਹੀ ਹੈ? ਇਮਰਾਨ ਖਾਨ ਸਿਰਫ ਇੱਕ ਰਬਰ ਸਟੈਂਪ ਨੇ, ਚਾਹੇ ਉਹ ਫੌਜ ਦੀ ਹੈ, ਚਾਹੇ ਉੱਥੇ ਕੱਟੜਪੰਥੀ ਜਿਹੜੇ ਨੇ ਟੈਰਰਿਸਟ ਗਰੁੱਪ ਨੇ ਉਹਨਾਂ ਦੇ ਨੇ, ਉਹ ਸਿਰਫ ਇੱਕ ਫੇਸ ਨੇ, ਅੱਗੇ ਇੱਕ ਚਿਹਰਾ ਮੋਹਰਾ ਨੇ। ਜਿਹੜੀਆਂ ਕੱਟੜਪੰਥੀ ਉੱਥੇ ਕੰਮ ਕਰ ਰਹੇ ਹੈ, ਚਾਹੇ ਅਫਗਾਨਿਸਤਾਨ ਨਾਲ ਲਿੰਕ ਹੈ, ਚਾਹੇ ਉਹ ਪਾਕਿਸਤਾਨ ਨਾਲ ਲਿੰਕ ਹੈ, ਤੁਸੀਂ ਇਹ ਕੋਈ ਨਵੀਂ ਗੱਲ ਨਹੀਂ ਹੋਈ, ਇੱਕ ਨਵਾਂ ਕਾਰਾ ਨਹੀਂ ਕੀਤਾ ਉਹਨਾਂ ਨੇ। ਅਫਗਾਨਿਸਤਾਨ ਦੇ ਵਿੱਚ ਤਾਲਿਬਾਨੀਆਂ ਨੇ ਗੌਤਮ ਬੁੱਧ ਦੇ ਜਿਹੜੇ ਇਤਿਹਾਸਕ ਇੰਨੇ ਪੁਰਾਣੇ ਜਿਹੜੇ ਸਟੈਚੂ ਸੀਗੇ ਸਾਰੇ ਤੋੜਤੇ ਉਹਨਾਂ ਨੇ ਜੀ, ਬੰਬ ਮਾਰ ਮਾਰ ਕੇ ਤੋੜੇ ਹੈ ਜੀ। ਇਹ ਤਾਂ ਇਹਨਾਂ ਦੇ ਸੋਚ ਦੇ ਵਿੱਚ ਹੀ ਹੈ ਕਿ ਕੋਈ ਹੋਰ ਧਰਮ ਦੀ ਕੋਈ ਵੀ ਚੀਜ਼ ਐਸੀ ਨਾ ਹੋਵੇ ਕਿ ਜਿਹੜੇ ਨਾਲ ਕੋਈ ਇੱਕ ਮੈਸੇਜ ਜਾ ਸਕੇ ਵੀ ਕੋਈ ਹੋਰ ਵੀ ਧਰਮ ਅਗੇਂਸਟ ਕਰਦਾ ਸੀਗਾ ਇੱਥੇ, ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਮੈਸੇਜ ਜਾਵੇ। ਔਰ ਇਹਦਾ ਜਿਹੜਾ ਹੈਗਾ ਜਿੰਦਾ ਜਾਗਦਾ ਇਤਿਹਾਸ ਜਿਹੜਾ ਹੈ ਤੁਹਾਨੂੰ ਹਿੰਦੁਸਤਾਨ 'ਚ ਵੀ ਮਿਲਦਾ ਹੈ। ਜਿਸ ਤਰੀਕੇ ਨਾਲ ਇੱਥੇ ਮੰਦਰਾਂ ਨੂੰ ਤੋੜ ਕੇ ਉੱਥੇ ਮਸਜਿਦਾਂ ਖੜੀਆਂ ਕੀਤੀਆਂ ਗਈਆਂ, ਜਿਸ ਤਰੀਕੇ ਨਾਲ ਇੱਥੇ ਮੰਦਰਾਂ ਨੂੰ ਲੁੱਟ ਕੇ ਜਿਹੜਾ ਹੈਗਾ ਉੱਥੇ ਲੈ ਕੇ ਜਾਇਆ ਗਿਆ, ਇਹ ਕੋਈ ਨਵੀਂ ਚੀਜ਼ ਨਹੀਂ ਹੈ ਜਿਹੜੀ ਅਸੀਂ ਦੇਖਣ ਜਾ ਰਹੇ ਹਾਂ। ਔਰ ਦੂਸਰੇ ਪਾਸੇ ਇੱਕ ਚੀਜ਼ ਮੈਂ ਦੱਸ ਦੇਣੀ ਚਾਹੁੰਦਾ ਹੈ ਕਿ ਪਾਕਿਸਤਾਨ ਦੀ ਨੀਅਤ ਔਰ ਨੀਤੀ ਦੋਨਾਂ 'ਚ ਬਹੁਤ ਵੱਡਾ ਅੰਤਰ ਹੈ। ਰਾਈਟ, ਇਹ ਹਰ ਕੰਮ ਦੇ ਨਾਲ ਆਪਣੀ ਨੀਅਤ ਜਿਹੜੀ ਉਹ ਨਾਲ ਲੈ ਕੇ ਚੱਲਦਾ ਹੈ, ਔਰ ਨੀਅਤ ਇਹਦੀ ਹਮੇਸ਼ਾ ਹੀ ਜਿਹੜੀ ਹੈ ਉਹ ਐਂਟੀ ਇੰਡੀਅਨ, ਐਂਟੀ ਜਿਹੜਾ ਹੈਗਾ ਪਾਕਿਸਤਾਨੀ, ਜੋ ਵੀ ਕਹਿ ਲਓ ਤੁਸੀਂ, ਮੈਂ ਸਿੱਧੇ ਤੌਰ 'ਤੇ ਨਹੀਂ ਕਹਿਣਾ ਚਾਹੁੰਦਾ ਵੀ ਐਂਟੀ ਮੁਹੰਮਡਨ ਜਿਹੜੀ ਹੈਗੀ ਉਹ ਨੀਤੀ ਇਹਨਾਂ ਦੀ ਰਹੀ ਹੈ। ਔਰ ਇਹ ਜਿਹੜਾ ਕੋਰੀਡੋਰ ਬਣ ਰਿਹਾ ਹੈਗਾ ਆਉਣ ਵਾਲੇ ਟਾਈਮ ਦੇ ਵਿੱਚ, ਠੀਕ ਹੈ ਬਣ ਜਾਏਗਾ, ਬਹੁਤ ਵਧੀਆ ਗੱਲ ਹੈ, ਸਿੱਖਾਂ ਦੇ ਵਾਸਤੇ ਇੱਕ ਬਹੁਤ ਹੀ ਇੱਕ ਲੰਘਾ ਬਣ ਜਾਏਗਾ, ਔਰ ਉੱਥੇ ਜਾ ਕੇ ਮੱਥਾ ਟੇਕ ਕੇ ਆਇਆ ਕਰਨਗੇ, ਜਿਹੜਾ ਇੰਨਾ ਲੰਬਾ ਚੱਕਰ ਲਾਉਣਾ ਪੈਂਦਾ। ਲੇਕਿਨ ਅਰੇ ਵੀ ਬੜੀਆਂ ਅੜਚਣਾਂ 'ਚ ਆ ਰਹੀਆਂ, ਕਿਉਂਕਿ ਉਹਦੇ 'ਚ ਵੀ ਕਦੀ ਕਿਸੇ ਖਾਲਿਸਤਾਨੀ ਗਰੁੱਪ ਨੂੰ ਜਿਹੜਾ ਹੈਗਾ ਫਰੰਟ 'ਤੇ ਕਰ ਦਿੰਦੇ ਨੇ, ਕਦੀ ਕੁਛ ਕਰਦੇ ਨੇ, ਔਰ ਜਦੋਂ ਬਣ ਜਾਏਗਾ ਅਸੀਂ ਉਦੋਂ ਦੇਖਾਂਗੇ। ਰਾਈਟ,
ਅੱਜ ਉਹਦੇ ਵਿੱਚ ਵੀ ਖਾਲਿਸਤਾਨ ਦੇ ਜਿਹੜਾ ਹੈਡ ਹੈ ਉੱਥੇ ਕਮੇਟੀ ਦਾ ਬਣਿਆ ਹੋਇਆ ਉਹਦਾ ਦਫ਼ਤਰ ਖੋਲ ਦਿੱਤਾ ਗਿਆ ਉੱਥੇ ਪਾਕਿਸਤਾਨ ਦੀ ਨੀਅਤ ਤੇ ਨੀਤੀ ਦੋਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈਗਾ। ਭੁੱਲਰ ਸਾਹਿਬ ਕਹਿ ਰਹੇ ਉਹਦੇ ਤੇ ਯਕੀਨ ਕੀਤਾ ਜਾ ਨਹੀਂ ਸਕਦਾ। ਪਾਕਿਸਤਾਨ ਕਹਿੰਦਾ ਕੁਛ ਹੈ ਤੇ ਕਰਦਾ ਕੁਛ ਹੈ। ਘਟਨਾ ਹੈ ਕਿਉਂਕਿ ਦੇਖੋ ਇਤਿਹਾਸ ਹੈ ਜਿਹੜਾ ਇਹ ਦੁਬਾਰਾ ਨਹੀਂ ਮਿਲਦਾ ਜੇ ਇੱਕ ਵਾਰ ਇਹਨੂੰ ਮਲੀਆ ਮੇਟ ਕਰ ਦਿਓ। ਬਿਲਕੁਲ ਉੱਥੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ ਅਤੇ ਸਭ ਤੋਂ ਵੱਧ ਜਾਇਦਾਦਾਂ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਨਾਂ ਹੈਗੀਆਂ ਅੱਜ ਵੀ ਖੜੀਆਂ। ਉੱਥੇ ਇੱਕ ਮਾਫੀਆ ਬੜਾ ਕੰਮ ਕਰ ਰਿਹਾ ਪਾਕਿਸਤਾਨ 'ਚ। ਜ਼ਮੀਨਾਂ ਹੋ ਗਈਆਂ ਸ਼ਹਿਰਾਂ 'ਚ ਆ ਗਈਆਂ ਬੜੀਆਂ ਮਹਿੰਗੀਆਂ ਅਤੇ ਉਹ ਮਾਫੀਆ ਨੇ ਉਹਨਾਂ 'ਤੇ ਕਬਜ਼ਾ ਕਰ ਲਿਆ ਹੌਲੀ ਹੌਲੀ। ਜਿਵੇਂ ਤੁਸੀਂ ਦੱਸਦੇ ਵੀ 6 ਮੰਜ਼ਿਲ ਸੀ ਇਹਨੂੰ ਢਾਉਂਦੇ ਢਾਉਂਦੇ ਇੱਕ ਰਹਿ ਗਈ। ਹਾਂਜੀ ਇਹਨੂੰ ਹੌਲੀ ਹੌਲੀ ਨਾ ਮਲੀਆ ਮੇਟ ਕਰ ਦੇਣਾ ਸੀ ਅਤੇ ਉੱਥੇ ਕੋਈ ਮੌਲ ਖੜਾ ਕਰ ਦੇਣਾ ਸੀ ਮਾਫੀਆ ਨੇ ਅਤੇ ਸਰਕਾਰਾਂ ਕੋਈ ਨੱਥ ਨਹੀਂ ਪਾ ਰਹੀਆਂ ਉਹਨਾਂ 'ਤੇ। ਅਤੇ ਪਹਿਲਾਂ ਜੋ ਹੋ ਗਿਆ ਹੋ ਗਿਆ। ਇਮਰਾਨ ਖਾਨ ਤਾਂ ਬਹੁਤ ਬੜੇ ਕਹਿੰਦਾ ਸੀ ਮੈਂ ਬਹੁਤ ਘੱਟ ਗਿਣਤੀਆਂ ਬਾਰੇ ਬਹੁਤ ਸੋਚਦਾ ਅਤੇ ਇਮਰਾਨ ਖਾਨ ਦੀ ਸਰਕਾਰ ਕਿੱਥੇ ਹੈ ਇਹਨਾਂ ਨੂੰ ਸੋਚਣਾ ਚਾਹੀਦਾ। ਰਾਈਟ ਹੁਣ ਤੁਸੀਂ ਕਰਤਾਰਪੁਰ ਲਾਂਘਾ ਤਾਂ ਖੋਲ੍ਹਦੇ ਹੈ ਉੱਥੇ ਤਾਂ ਆਪਣਾ ਕ੍ਰੈਡਿਟ ਲੈਣੇ ਵੀ ਅਸੀਂ ਦੇਖੋ ਘੱਟ ਗਿਣਤੀਆਂ ਦਾ ਕਿੰਨਾ ਅਸੀਂ ਖਿਆਲ ਰੱਖਦੇ ਹਾਂ ਪਰ ਉਹਦੇ ਪਿੱਛੇ ਵੀ ਮੈਨੂੰ ਲੱਗਦਾ ਵੀ ਉਹਨਾਂ ਦੇ ਕੋਈ ਫਾਈਨੈਂਸ਼ੀਅਲ ਸੋਰਸ ਕੰਮ ਕਰ ਰਹੇ ਵੀ ਇੱਥੋਂ ਸਾਨੂੰ ਰੈਵਨਿਊ ਜਨਰੇਟ ਹੋਊਗਾ। ਬਿਲਕੁਲ ਮਤਲਬ ਉਹ ਭਾਵਨਾ ਨਹੀਂ ਲੱਗਦੀ ਹੈ ਵੀ ਮੈਂ ਭਾਵਨਾ ਨਾਲ ਕਰਤਾਰਪੁਰ ਲਾਂਘਾ ਖੋਲ ਰਿਹਾ। ਉੱਥੇ ਉਹਨਾਂ ਨੇ ਜਿਵੇਂ ਇਸ ਵਾਰ ਮੌਲ ਉਸਾਰੇ ਜਾ ਰਹੇ ਉਹਦੇ ਨਾਲ ਗੁਰਦੁਆਰਾ ਸਾਹਿਬ ਦੀ ਜਿਹੜੀ ਦਿੱਖ ਹੈ ਉਹ ਵੀ ਲੁੱਗੀ। ਪਿੱਛੇ ਜੇ ਰੌਲਾ ਪਿਆ ਸੀ ਪਿਛਲੇ ਹਫ਼ਤੇ। ਹਾਂਜੀ 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 ਮਤਲਬ ਗੁਰਦੁਆਰਾ ਸਾਹਿਬ ਪਹਿਲਾਂ ਕਲੀਅਰ ਦਿਖਦਾ ਸੀਗਾ ਹੁਣ ਉਹਦੇ ਆਲੇ ਦੁਆਲੇ ਇੰਨੇ ਮੌਲ ਮਤਲਬ ਉਹਨਾਂ ਨੇ ਰਾਣਾ ਜੀ ਬਹੁਤ ਬਹੁਤ ਸਵਾਗਤ ਹੈ ਤੇ ਖਾਸ ਤੌਰ ਤੇ ਗੱਲ ਇਹ ਕਰ ਰਹੇ ਹੈ ਰਾਣਾ ਅਲੀ ਜ਼ੋਹੇਬ ਪਾਕਿਸਤਾਨ ਦੇ ਸੀਨੀਅਰ ਜਰਨਲਿਸਟ ਸਾਡੇ ਨਾਲ ਜੁੜੇ ਨੇ। ਰਾਣਾ ਜੀ ਸਵਾਲ ਖੜਾ ਹੋ ਰਿਹਾ ਪਾਕਿਸਤਾਨ ਦੀ ਨੀਅਤ ਅਤੇ ਨੀਤੀ ਦੇ ਉੱਪਰ। ਬਾਬਾ ਗੁਰੂ ਨਾਨਕ ਮਹਿਲ ਤੁਹਾਡੇ ਉੱਥੇ ਬਣਿਆ ਹੋਇਆ ਸੀਗਾ ਰਾਤੋਂ ਰਾਤ ਉਹਨੂੰ ਢਾ ਦਿੱਤਾ ਜਾਂਦਾ ਢਾ ਢੇਰੀ ਕਰਕੇ ਉਸਦਾ ਸਾਰਾ ਸਮਾਨ ਜਿਹੜਾ ਉਹ ਵੇਚ ਦਿੱਤਾ ਜਾਂਦਾ ਆਖਿਰ ਇਹ ਕਿਵੇਂ ਹੋ ਜਾਂਦਾ ਇਹ ਤੁਸੀਂ ਜ਼ਿਆਦਾਤਰ ਬਿਹਤਰ ਤਰੀਕੇ ਨਾਲ ਸਾਡੇ ਪੰਜਾਬ ਦੇ ਲੋਕਾਂ ਨੂੰ ਸਮਝਾ ਸਕੋਗੇ। ਠੀਕ ਆ ਗੌਰਵ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ ਜੀ। ਸਭ ਤੋਂ ਪਹਿਲੇ ਤੇ ਮੈਨੂੰ ਸਿਰਫ 2 ਮਿੰਟ ਤੁਸੀਂ ਇਸ ਲਈ ਦਿਓਗੇ ਕਿ ਮੈਂ ਅੱਜ ਸਵੇਰ ਦਾ ਇਸ ਪੂਰੀ ਸਟੋਰੀ ਦੇ ਉੱਤੇ ਕੰਮ ਕਰ ਰਿਹਾ ਸੀ ਜੀ ਤੇ ਮੈਂ ਜਿਸ ਨਤੀਜੇ ਤੇ ਪਹੁੰਚਿਆ ਕੰਪਲੀਟ ਇਹਦੀ ਇਨਵੈਸਟੀਗੇਸ਼ਨ ਕਰਕੇ ਮੈਂ ਉਹ ਤੁਹਾਡੀ ਪੰਜਾਬ ਦੀ ਜਿਹੜੀ ਆਵਾਮ ਹੈ ਉਹਦੇ ਅੱਗੇ ਰੱਖਣਾ ਚਾਹਾਂਗਾ। ਬਿਲਕੁਲ ਜੀ ਕਿ ਬਾਬਾ ਗੁਰੂ ਨਾਨਕ ਮਹਿਲ ਦਾ ਰਕਬਾ ਟੋਟਲ ਸੀ 4 ਕਨਾਲ। ਠੀਕ ਹੈ 4 ਕਨਾਲ ਰਕਬੇ ਦੇ ਵਿੱਚ ਦੇ ਇੱਕ ਇੱਕ ਕਨਾਲ ਦੇ 4 ਪੋਰਸ਼ਨ ਨੇ। ਤਿੰਨ ਪੋਰਸ਼ਨ ਅੱਜ ਤੋਂ ਪਹਿਲਾਂ ਬਹੁਤ ਦੇਰ ਪਹਿਲਾਂ ਦੇ ਖਤਮ ਕਰਕੇ ਉਹਦੀ ਜਗ੍ਹਾ ਤੇ ਨਵੀਂ ਕੰਸਟਰਕਸ਼ਨ ਹੋ ਚੁੱਕੀ ਸੀ। ਅੱਜ ਜਿਹੜੀ ਜਿਸ ਪੋਰਸ਼ਨ ਦਾ ਇਸ਼ੂ ਉੱਠਿਆ ਹੈ ਉਹ ਇੱਕ ਪੋਰਸ਼ਨ ਹੈ ਜਿਹੜਾ ਕਿ ਇੱਕ ਕਨਾਲ ਇੱਕ ਮਰਲਾ ਯਾਨੀ ਕਿ 21 ਮਰਲੇ ਤੇ ਉਹ ਮੁਹੀਤ ਸੀ। ਹੁਣ ਅਗਲੀ ਗੱਲ ਇਹ ਹੁੰਦੀ ਹੈ ਕਿ ਬਾਬਾ ਗੁਰੂ ਨਾਨਕ ਮਹਿਲ ਹੈ ਕੀ ਸੀ ਉਹ ਚੀਜ਼ ਕੀ ਹੈ ਉਹ ਬਿਲਡਿੰਗ ਕਿਹਦੀ ਹੈ ਉਹ ਕਿਹਦੇ ਨਾਮ ਤੇ ਵੇ ਔਰ ਕੌਣ ਉਹਦਾ ਮਾਲਕ ਹੈ। ਠੀਕ ਹੈ ਗੁਰੂ ਨਾਨਕ ਮਹਿਲ ਦੇ ਅੰਦਰ ਜਿਹੜੀ ਜਦੋਂ ਡਿਮੋਲਿਸ਼ ਕੀਤਾ ਗਿਆ ਉਹਦਾ ਜਿਹੜਾ ਵਿਜ਼ਿਟ ਕੀਤਾ ਉਹਦੇ ਅੰਦਰ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਤਸਵੀਰਾਂ ਮੁਗਲ ਦੌਰ ਦਾ ਪੇਂਟ ਉਹਦੇ ਤੇ ਮੌਜੂਦ ਹੈ ਔਰ ਉਸੇ ਪੇਂਟ ਦੇ ਵਿੱਚ ਸ਼ਹਿਜ਼ਾਦੇ ਸ਼ਹਿਜ਼ਾਦੀਆਂ ਦੀਆਂ ਤਸਵੀਰਾਂ ਜਿਹੜੀਆਂ ਨੇ ਨਾ ਉਹ ਉਹਦੇ ਅੰਦਰ ਪੇਂਟ ਹੋਈਆਂ ਨੇ। ਠੀਕ ਹੈ
ਹੁਣ ਅਗਲੀ ਗੱਲ ਇਹ ਵੇ ਕਿ ਉਸ ਬਿਲਡਿੰਗ ਦੇ ਅੰਦਰ ਇੱਕ ਫੈਮਿਲੀ ਰਿਹਾਇਸ਼ ਪਜ਼ੀਰੇ, ਉਸ ਫੈਮਿਲੀ ਦਾ ਜਿਹੜਾ ਓਨਰ ਏ ਉਹਦੇ ਕਹਿਣ ਦਾ ਫੈਮਿਲੀ ਦਾ ਜਿਹੜਾ ਵੱਡਾ ਹੈ ਘਰ ਦਾ, ਉਹਦੇ ਕਹਿਣਾ ਉਹਦਾ ਇਹ ਵੇ ਕਿ 1947 ਦੇ ਵਿੱਚ ਜਦੋਂ ਇਹ ਇੰਡੀਆ ਪਾਕਿਸਤਾਨ ਬਣਿਆ ਤੇ ਸਾਡੀ ਫੈਮਿਲੀ ਇੰਡੀਆ ਤੋਂ ਉੱਠ ਕੇ ਤੇ ਇੱਥੇ ਆ ਗਈ। ਠੀਕ ਹੈ, ਇਸ ਜਗ੍ਹਾ ਦੇ ਉੱਤੇ ਇਸ ਬਿਲਡਿੰਗ ਦੇ ਵਿੱਚ ਅਸੀਂ ਰਿਹਾਇਸ਼ ਪਜ਼ੀਰ ਹਾਂ ਉਦੋਂ ਦੇ 1947 ਦੇ। ਠੀਕ ਹੈ, ਉਹਦੇ ਤੋਂ ਲੈ ਕੇ ਅੱਜ ਤੱਕ ਨਾ ਸਾਨੂੰ ਪਾਕਿਸਤਾਨੀ ਸਰਕਾਰ ਨੇ ਪੁੱਛਿਆ, ਨਾ ਸਾਨੂੰ ਔਕਾਫ ਨੇ ਪੁੱਛਿਆ, ਨਾ ਸਾਨੂੰ ਮਤਲਕਾ ਡੀਸੀ ਨੇ ਪੁੱਛਿਆ, ਨਾ ਸਾਨੂੰ ਲੈਂਡ ਰਿਕਾਰਡ ਵਾਲਿਆਂ ਨੇ ਆ ਕੇ ਪੁੱਛਿਆ ਕਿ ਜਨਾਬ ਤੁਸੀਂ ਕੌਣ ਹੋ ਤੇ ਕਿਸ ਤਰ੍ਹਾਂ ਇਸ ਜਗ੍ਹਾ ਤੇ ਰਹਿ ਰਹੇ ਹੋ। ਠੀਕ ਹੈ, ਉਹਨਾਂ ਨੇ ਕਿਹਾ ਜੀ ਨਾ ਸਾਡੇ ਕੋਲ ਇਸ ਜਗ੍ਹਾ ਦੀ ਓਨਰਸ਼ਿਪ ਦੇ ਕੋਈ ਕਾਗਜ਼ਾਤ ਮੌਜੂਦ ਨੇ ਤੇ ਨਾ ਹੀ ਅਸੀਂ ਇਹਨੂੰ ਅਸੀਂ ਡਿਕਲੇਅਰ ਕਰਨੇ ਆ ਕਿ ਇਹ ਸਾਡੇ ਨਾਮ ਤੇ ਵੇ। ਸਾਨੂੰ ਨਹੀਂ ਪਤਾ ਕਿ ਕਿਹਦੇ ਨਾਮ ਤੇ ਵੇ, ਇਹ ਪਾਕਿਸਤਾਨੀ ਗਵਰਨਮੈਂਟ ਦੇ ਨਾਮ ਤੇ ਜਾਂ ਇਹ ਸਾਡੇ ਕਿਸੇ ਵੱਡੇ ਦੇ ਨਾਮ ਹੋ ਸਕਦੀ। ਠੀਕ ਹੈ, ਫਿਰ ਢਾਇਆ ਕਿੰਨੇ ਆ ਲੈਂਡ ਦੇ? ਲੈਂਡ ਮੈਂ ਤੁਹਾਨੂੰ ਦੱਸ, ਇਹ ਉਹਨਾਂ ਨੇ ਹੀ ਢਾਇਆ ਜਿਹੜੀ ਫੈਮਿਲੀ ਉੱਥੇ ਰਿਹਾਇਸ਼ ਪਜ਼ੀਰ ਹੈ। ਓਕੇ, ਇਹ ਉਹਨਾਂ ਨੇ ਹੀ ਢਾਇਆ। ਉਹਨਾਂ ਨੇ ਇਹ ਕਿਹਾ ਕਿਉਂਕਿ ਅਸੀਂ ਸਾਡੇ ਦਾਦੇ ਪੜਦਾਦੇ ਤੋਂ ਅਸੀਂ ਇਸ ਬਿਲਡਿੰਗ ਦੇ ਵਿੱਚ ਰਹਿ ਰਹੇ ਹਾਂ ਔਰ ਹੁਣ ਆ ਕੇ ਉਹਦੀ ਹਾਲਤ ਜ਼ਰਾ ਖਸਤਾ ਹੋ ਗਈ ਹੈ ਕਿਉਂਕਿ ਕਿਸੇ ਵੀ ਟਾਈਮ ਦੇਖ ਸਕਦਾ ਸੀ, ਢਹਿ ਸਕਦਾ ਸੀ ਤੇ ਅਸੀਂ ਉਹਨੂੰ ਡਿਮੋਲਿਸ਼ ਕਰਕੇ ਦੁਬਾਰਾ ਉਹਦੇ ਨਵੀਂ ਕੰਸਟਰਕਸ਼ਨ ਸ਼ੁਰੂ ਕਰ ਦਿੱਤੀ। ਠੀਕ ਹੈ, ਇਸੇ ਪੁਆਇੰਟ ਤੇ ਰੁਕ ਰਿਹਾ ਰਾਣਾ ਜੀ, ਮੈਨੂੰ ਇੱਕ ਬ੍ਰੇਕ ਲਈ ਰੁਕਣਾ ਪੈ ਰਿਹਾ, ਇੱਕ ਬ੍ਰੇਕ ਰੁਕਣਾ ਪੈ ਰਿਹਾ। ਇਹ ਕਈ ਸਵਾਲ ਖੜੇ ਹੋ ਗਏ, ਜਿਹੜੇ ਸ਼ਖਸ ਉੱਥੇ ਉਸਦੇ ਓਨਰ ਨਹੀਂ ਹੈ, ਬਾਬਾ ਗੁਰੂ ਨਾਨਕ ਮਹਿਲ ਦੇ ਓਨਰ ਨਹੀਂ ਹੈ, ਸਿਰਫ ਰਹਿੰਦੇ ਆ ਰਹੇ ਹੈ ਆਜ਼ਾਦੀ ਤੋਂ ਬਾਅਦ ਤੋਂ, ਜਦੋਂ ਦਾ ਮੁਲਕ ਬਟਵਾਰਾ ਹੋਇਆ ਉਦੋਂ ਤੋਂ, ਅੱਜ ਉਹਨਾਂ ਨੇ ਖੁਦ ਹੀ ਢਾ ਦਿੱਤਾ, ਓਨਰਸ਼ਿਪ ਉਹਨਾਂ ਕੋਲ ਹੈ ਨਹੀਂ, ਕਹਿੰਦੇ ਕਹਿਣ ਤੇ ਟਾਇਆ, ਕਈ ਸਵਾਲ ਖੜੇ ਹੋ ਰਹੇ। ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ, ਜਲਦ ਹਾਜ਼ਰ ਹੋ ਰਹੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਪੰਜਾਬ ਪੁਆਇੰਟ ਦੇ ਵਿੱਚ ਚਰਚਾ ਕਰ ਰਹੇ ਹਾਂ ਪਾਕਿਸਤਾਨ ਦੇ ਨਰੋਵਾਲ ਦੇ ਵਿੱਚ, ਲਾਹੌਰ ਤੋਂ 100 ਕਿਲੋਮੀਟਰ ਦੀ ਦੂਰੀ 'ਤੇ ਬਾਬਾ ਗੁਰੂ ਨਾਨਕ ਮਹਿਲ ਇੱਕ ਥਾਂ ਸੀਗੀ ਜਿਹਨੂੰ ਕਿ ਢਹਿ ਢੇਰੀ ਕਰ ਦਿੱਤਾ ਗਿਆ। ਪਾਕਿਸਤਾਨ ਦੇ ਸੀਨੀਅਰ ਜਰਨਲਿਸਟ ਵੀ ਸਾਡੇ ਨਾਲ, ਰਾਣਾ ਜੀ ਜੁੜੇ ਹੋਏ ਨੇ ਖਾਸ ਤੌਰ 'ਤੇ, ਪੈਨਲ ਵੀ ਸਾਡਾ ਜਿਹੜਾ ਸਾਡੇ ਨਾਲ ਜੁੜਿਆ ਹੋਇਆ, ਇਸੇ 'ਤੇ ਆਪਾਂ ਚਰਚਾ ਕਰ ਰਹੇ ਹਾਂ। ਰਾਣਾ ਜੀ, ਜਿਸ ਦੌਰਾਨ ਬ੍ਰੇਕ ਚੱਲ ਰਹੀ ਸੀਗੀ ਸਾਡੇ, ਚਲੋ ਇੱਕ ਪੈਨਲਿਸਟ ਵੀ ਆ ਗਏ ਨੇ, ਕਰਨੈਲ ਸਿੰਘ ਪੀਰ ਮੁਹੰਮਦ ਸਾਹਿਬ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੋਂ, ਉਹਨਾਂ ਨੇ ਸਾਨੂੰ ਜੁਆਇਨ ਕਰ ਲਿੱਤਾ। ਮੈਂ ਨਾਲ ਨਾਲ ਥੋੜ੍ਹਾ ਪੜ੍ਹ ਵੀ ਰਿਹਾ ਸੀਗਾ ਅਤੇ ਪੜ੍ਹਨ ਦੇ ਦੌਰਾਨ ਜੋ ਆਇਆ ਤੁਹਾਡੀ ਮੈਂ ਸਾਰੀ ਗੱਲ ਸੁਣ ਲਈ। ਤੁਸੀਂ ਕਿਹਾ ਤੁਸੀਂ ਕਾਫੀ ਰਿਸਰਚ ਕੀਤੀ ਹੈ, ਤੁਹਾਡੇ ਹੀ ਮੁਲਕ ਦੀ ਅਖਬਾਰ ਦਾ ਡੌਨ ਲਿਖਦੀ ਹੈ, 3 stories ਆਫ ਦਾ ਬਿਲਡਿੰਗ ਹੈਵ ਆਲਰੇਡੀ ਬੀਨ ਡਿਮੋਲਿਸ਼ਡ ਐਂਡ ਨਿਊ ਹਾਊਸਿਸ ਕੰਸਟਰਕਟਿਡ, ਜਿਵੇਂ ਤੁਸੀਂ ਕਿਹਾ ਦ ਇਨਫਲੂਐਂਸ਼ੀਅਲਸ ਹੈਵ ਡਿਮੋਲਿਸ਼ਡ ਦਾ ਬਿਲਡਿੰਗ, ਜਿਹੜੇ ਪ੍ਰਭਾਵੀ ਲੋਕ ਨੇ ਉਹਨਾਂ ਨੇ ਢਹਿ ਢੇਰੀ ਕੀਤਾ ਇਸ ਬਿਲਡਿੰਗ ਨੂੰ ਵਿਦ ਦਾ ਕਨਾਈਵੈਂਸ ਆਫ ਔਕਾਫ ਡਿਪਾਰਟਮੈਂਟ ਐਂਡ ਸੋਲਡ ਇਟਸ ਕੋਸਟਲੀ ਵਿੰਡੋਜ਼, ਡੋਰਸ, ਵੈਂਟੀਲੇਟਰਸ ਐਂਡ ਵੁੱਡ। ਇਹ ਕਹਿਣਾ ਤੁਹਾਡੀ ਅਖਬਾਰ ਜਿਹੜੀ ਆ ਉਹ ਲਿਖਦੀ ਹੈ, ਮਤਲਬ ਕਿ ਆਪਸੀ ਮਿਲੀ ਭੁਗਤ ਕਰਕੇ ਕਰਤਾ, ਜਿਹੜੇ ਲੋਕ ਉੱਥੇ ਰਹਿ ਰਹੇ ਸੀਗੇ ਉਹਨਾਂ ਦੇ ਕੋਲੋਂ ਓਨਰਸ਼ਿਪ ਡਿਟੇਲਸ ਕੋਈ ਨਹੀਂ ਹੈ, ਉਹ ਤੁਸੀਂ ਆਪ ਹੀ ਦੱਸਤਾ ਕਿ ਉਹਨਾਂ ਦੀ ਥਾਂ ਹੀ ਹੈ ਨਹੀਂ, ਭਾਰਤ ਤੋਂ ਤੁਰੇ ਸੀਗੇ ਜਦੋਂ ਬਟਵਾਰਾ ਹੋਇਆ ਪਾਕਿਸਤਾਨ ਜਾ ਕੇ ਉਹਨਾਂ ਨੇ ਹਵੇਲੀ ਜਾਂ ਉਹ ਪੈਲਸ ਜਿਹੜਾ ਮੰਨ ਲਿਆ ਅਤੇ ਅੱਜ ਉਹਨੂੰ ਢਾ ਕੇ ਉੱਥੇ ਜਿਹੜੇ ਆ ਕਮਰੇ ਬਣਾਉਣੇ ਸ਼ੁਰੂ ਕਰਤੇ, ਕਿਸ ਤੋਂ ਪੁੱਛ ਕੇ ਕਿਵੇਂ? ਸਵਾਲ ਤਾਂ ਇਹ ਖੜਾ ਹੁੰਦਾ, ਇਹ ਵੱਡਾ ਸਵਾਲ ਹੈ। ਬਿਲਕੁਲ, ਤੁਹਾਡਾ ਸਵਾਲ ਬਹੁਤ ਅੱਛਾ ਹੈ ਕਿ ਕਿਹਦੇ ਕੋਲ ਪੁੱਛ ਕੇ ਉਹਨਾਂ ਨੇ ਕਿਵੇਂ ਕੀਤਾ, ਲੇਕਿਨ ਮੇਰਾ ਸਵਾਲ ਇਹ ਵੇ ਕਿ ਬਿਲਡਿੰਗ, ਜਿਸ ਬਿਲਡਿੰਗ ਦਾ ਜ਼ਿਕਰ ਹੋ ਰਿਹਾ ਹੈ ਕਿ ਬਾਬਾ ਗੁਰੂ ਨਾਨਕ ਮਹਿਲ ਦੀ ਜਿਹੜੀ ਤੁਸੀਂ ਗੱਲ ਕਰਦੇ ਪਏ ਹੋ, ਉਹ ਵੀ ਇੱਕ ਪ੍ਰਾਈਵੇਟ ਪ੍ਰੋਪਰਟੀ ਹੈ। ਉਹ ਪ੍ਰੋਪਰਟੀ ਦਾ ਸਿਰਫ, ਉਸ ਬਿਲਡਿੰਗ ਦਾ ਨਾਮ ਸਿਰਫ ਬਾਬਾ ਗੁਰੂ ਨਾਨਕ ਮਹਿਲ ਹੈ, ਉਹਦਾ ਮਤਲਬ ਇਹ ਨਹੀਂ ਹੈ ਕਿ ਉਹ ਬਿਲਡਿੰਗ ਬਾਬਾ ਗੁਰੂ ਨਾਨਕ ਸਾਹਿਬ ਦੇ ਕਿਸੇ ਪ੍ਰੋਪਰਟੀ ਜਾਂ ਉਹਨਾਂ ਦੀ ਕਿਸੇ ਮਲਕੀਅਤ ਦੇ ਵਿੱਚ ਹੈ। ਠੀਕ ਹੈ, ਮੈਂ ਇਹਦਾ ਵੀ ਜਵਾਬ ਦੇਣਾ ਤੁਹਾਨੂੰ, ਇਹਦਾ ਵੀ ਜਵਾਬ ਹੈਗਾ ਮੇਰੇ ਕੋਲੋਂ, ਇਹਦਾ ਵੀ ਜਵਾਬ ਹੈਗਾ ਮੈਂ ਦੇਣਾ। ਪਹਿਲੇ ਜਿਹੜੇ ਨਾਲ ਪੈਨਲਿਸਟ ਬੜੇ ਹੋਏ ਨੇ, ਇੱਕ ਇੱਕ ਪੁਆਇੰਟ ਉਹਨਾਂ ਦਾ ਲੈ ਕੇ ਤੁਹਾਡੇ ਕੋਲ ਆ ਰਿਹਾ।
ਸਵਿਤਾ ਸਿਸੋਦੀਆ ਜੀ, ਰਾਣਾ ਜੀ ਕਹਿ ਰਹੇ ਹੈ ਕਿ ਪ੍ਰਾਈਵੇਟ ਪ੍ਰੋਪਰਟੀ ਹੈਗੀ ਹੈ, ਜਿਹੜੇ ਬੰਦੇ ਜਿਨ੍ਹਾਂ ਕੋਲ ਕਬਜ਼ਾ ਸੀਗਾ ਉਹਨਾਂ ਦੀ ਥਾਂ ਹੈ ਨਹੀਂ, ਜਿਨ੍ਹਾਂ ਦਾ ਕਬਜ਼ਾ ਸੀਗਾ ਉਹਨਾਂ ਨੇ ਆਪਣੇ ਆਪ ਹੀ ਡਿਸਾਈਡ ਕਰ ਲਿਆ ਅਸੀਂ ਇਹਨੂੰ ਢਾਹ ਦਾਂਗੇ, ਚਾਰ ਮੰਜ਼ਿਲਾ ਇਮਾਰਤ ਨੂੰ ਸਾਰਾ ਸਮਾਨ ਵੇਚ ਦਾਂਗੇ ਜਿਹੜਾ ਕੋਸਟਲੀ ਸਮਾਨ ਸੀਗਾ, ਉਸ ਤੋਂ ਬਾਅਦ ਅਸੀਂ ਆਪਣੇ ਵਧੀਆ ਘਰ ਬਣਾ ਲਾਂਗੇ ਜਾਂ ਕਿਸੇ ਤੋਂ ਬਣਵਾ ਲਾਂਗੇ, ਵੇਚ ਦਾਂਗੇ, ਵਟਐਵਰ। ਗੌਰਵ ਜੀ, ਇਹ ਬਹੁਤ ਨਿੰਦਾਜਨਕ ਹੈਗਾ, ਪਰ ਮੈਂ ਇਹ ਕਹਿਣਾ ਚਾਹਾਂਗੀ ਵੀ ਜਿਹੜੀ ਗੌਰਮੈਂਟ ਹੈਗੀ ਹੈ ਕਿਸੇ ਵੀ ਕੰਟਰੀ ਦੀ, ਉਸਦੀ ਇਹ ਡਿਊਟੀ ਬਣਦੀ ਹੈਗੀ ਹੈ ਜਿਹੜੇ ਵੀ ਰਿਲੀਜੀਅਸ ਕਿਸੇ ਦੇ ਰਿਲੀਜਨ ਨਾਲ ਜੁੜੀ ਹੋਈ ਬਿਲਡਿੰਗਸ ਹੈਗੀ ਹੈ, ਉਹ ਉਹਨਾਂ ਦਾ ਖਿਆਲ ਰੱਖਣਾ, ਉਹਨਾਂ ਨੂੰ ਮੇਨਟੇਨ ਕਰਕੇ ਰੱਖਣਾ ਇਹ ਗੌਰਮੈਂਟ ਦੀ ਡਿਊਟੀ ਹੁੰਦੀ ਹੈਗੀ ਹੈ, ਤਾਂ ਕਿ ਕਿਸੇ ਦੇ ਦਿਲ ਦੇ ਨਾਲ, ਕਿਸੇ ਦੇ ਰਿਲੀਜਨ ਦੇ ਨਾਲ ਕੋਈ ਖਿਲਵਾੜ ਨਾ ਕਰ ਸਕੇ। ਤੋ ਇਸਦੇ ਵਾਸਤੇ ਕਹੀਂ ਨਾ ਕਹੀਂ ਪਾਕਿਸਤਾਨ ਦੀ ਗੌਰਮੈਂਟ ਵੀ ਰਿਸਪੋਂਸੀਬਲ ਹੈਗੀ ਹੈ, ਉਹਨਾਂ ਨੂੰ ਇਸ ਬਿਲਡਿੰਗ ਨੂੰ ਦੇਖ ਰੇਖ ਵਿੱਚ ਰੱਖਣਾ ਚਾਹੀਦਾ ਸੀਗਾ, ਤਾਂ ਕਿ ਕਿਸੇ ਦੇ ਰਿਲੀਜਨ ਤੇ ਕਿਸੇ ਦੀ ਸੋਚ ਤੇ ਵਾਰ ਨਾ ਹੋ ਸਕੇ, ਠੇਸ ਨਾ ਪਹੁੰਚੇ ਉਸ ਤੋਂ। ਤੇ ਅੱਗੇ ਵੀ ਜੇ ਉਹ ਕਹਿੰਦੇ ਹੈਗੇ ਆ ਪੀਰ ਮੁਹੰਮਦ ਸਾਹਿਬ, ਗੌਰਵ ਵਾਲੀਆ ਜੀ, ਅਸਲ ਦੇ ਵਿੱਚ ਮਸਲਾ ਇਹ ਆ ਕਿ ਜਦੋਂ ਪਾਰਟੀਸ਼ਨ ਹੋਈ ਉਸ ਤੋਂ ਪਹਿਲਾਂ ਬੜੇ ਹੀ ਪਵਿੱਤਰ ਗੁਰਧਾਮ ਜਿਹੜੇ ਉਹ ਲਾਹੌਰ ਪਾਕਿਸਤਾਨ ਦੇ ਅੰਦਰ, ਨਨਕਾਣਾ ਸਾਹਿਬ ਦੇ ਅੰਦਰ, ਪੰਜਾ ਸਾਹਿਬ, ਅਲੱਗ ਅਲੱਗ ਥਾਵਾਂ ਦੇ ਉੱਤੇ ਬਿਰਾਜਮਾਨ ਨੇ, ਲੇਕਿਨ ਇਹ ਸਮੇਂ ਸਮੇਂ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਕਿ ਕਦੇ ਭਾਈ ਤਾਰੂ ਸਿੰਘ ਜੀ ਦਾ ਜਿਹੜਾ ਪਵਿੱਤਰ ਸਥਾਨ ਹੈ ਉਹਨੂੰ ਢਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਕਦੇ ਕਿਸੇ ਹੋਰ ਜਗ੍ਹਾ ਦੇ ਉੱਤੇ ਕਿਸੇ ਗੁਰਦੁਆਰਾ ਸਾਹਿਬ ਦੇ ਉੱਪਰ ਹਮਲਾ ਕੀਤਾ ਜਾਂਦਾ, ਤੇ ਹੁਣ ਜਿਵੇਂ ਪਾਕਿਸਤਾਨ ਦੇ ਪੱਤਰਕਾਰ ਸਾਹਿਬ ਜਿਹੜੇ ਰਾਣਾ ਅਲੀ ਜੋਹਬ ਇਹ ਕਹਿ ਰਹੇ ਨੇ ਕਿ ਉਹ ਪ੍ਰਾਈਵੇਟ ਮਲਕੀਅਤ ਹੈ, ਲੇਕਿਨ ਜਿੱਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਹੈ, ਉਹਨਾਂ ਨੂੰ ਜਗਤ ਗੁਰੂ ਕਿਹਾ ਗਿਆ, ਉਹਨਾਂ ਦੇ ਨਾਮ ਦੇ ਉੱਪਰ ਜਿਹੜੀ ਜਿਹੜੀ ਵੀ ਜਗ੍ਹਾ ਕਿਤੇ ਵੀ ਹੈਗੀ ਹੈ, ਜਗ੍ਹਾ ਤਾਂ ਸਾਰੀ ਧਰਤੀ ਜਿਹੜੀ ਹੈ ਉਹ ਸਾਰੀ ਪਰਮਾਤਮਾ ਦੀ ਹੈ, ਵਾਹਿਗੁਰੂ ਦੀ, ਅਕਾਲ ਪੁਰਖ ਦੀ ਹੈ। ਸੋ ਜਿੱਥੇ ਉਹਨਾਂ ਦਾ ਨਾਮ ਹੈ ਔਰ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ, ਤਾਂ ਪਾਕਿਸਤਾਨ ਗੌਰਮੈਂਟ ਨੂੰ ਇਸ ਸੰਵੇਦਨਸ਼ੀਲ ਮਸਲੇ ਦੇ ਉੱਤੇ ਜਾਂ ਉੱਥੋਂ ਦੀ ਜਿਹੜੀ ਸਰਕਾਰ ਹੈ, ਜਿਹੜੇ ਲੋਕਲ ਨੇ, ਉਹਨਾਂ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਕੋਈ ਵੀ ਸਿੱਖ ਕੌਮ ਦੇ ਜਜ਼ਬਾਤਾਂ ਨਾਲ ਖੇਡਣ ਦੀ ਕੋਸ਼ਿਸ਼ ਨਾ ਕਰੇ। ਰਾਈਟ, ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੱਲੀਆਂ ਉੱਥੇ ਹੀ ਨਹੀਂ ਹੋ ਰਹੀਆਂ, ਇੰਡੀਆ ਦੇ ਅੰਦਰ ਵੀ ਕੱਛ ਦੇ ਵਿੱਚ ਗੁਰਦੁਆਰਾ ਸਾਹਿਬ ਜਿਹੜਾ ਉਸ ਦੇ ਉੱਤੇ ਕੀਤਾ ਗਿਆ, ਫਿਰ ਹੁਣ ਗੁਜਰਾਤ ਦੇ ਅੰਦਰ ਇੱਕ ਚੌਂਕ ਹੈ, ਉਸ ਚੌਂਕ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਦੀ ਮੂਰਤੀ ਬਣਾਈ ਜਾ ਰਹੀ ਹੈ। ਮੈਂ ਤੁਹਾਨੂੰ ਜੇ ਕਹੋਗੇ ਸਕਰੀਨ ਸ਼ਾਟ ਭੇਜ ਦਿਆਂਗਾ, ਔਰ ਉਹ ਮੂਰਤੀ ਜਿਹੜੀ ਹੈ ਕਿਉਂ ਬਣਾਈ ਜਾ ਰਹੀ ਹੈ ਜਦੋਂ ਕਿ ਸਿੱਖ ਧਰਮ ਦੇ ਅੰਦਰ ਮੂਰਤੀ ਪੂਜਾ ਦੀ ਕੋਈ ਥਾਂ ਹੀ ਨਹੀਂ ਹੈਗੀ। ਸੋ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਜਿਹੜੀਆਂ ਨੇ, ਚਾਹੇ ਕੋਈ ਲੋਕਲ ਲੋਕ ਕਰਦੇ ਨੇ, ਚਾਹੇ ਉੱਥੋਂ ਦੀ ਸਰਕਾਰ ਦੀ ਛਹਿ ਨਾਲ ਹੁੰਦੀ ਹੈ ਜਾਂ ਰਸੂਖਦਾਰ ਵਿਅਕਤੀ ਕਰਦੇ ਨੇ, ਇਹ ਬੜੀ ਹੀ ਮੰਦਭਾਗੀ ਗੱਲ ਹੈ। ਰਾਈਟ ਬਾਲੀ ਜੀ, ਇੱਕ ਮੈਂ ਪੈਰਾ ਪੜ੍ਹ ਕੇ ਆਉਂਦਾ, ਦੇਖੋ ਅਸੀਂ ਤਾਂ ਮੈਂ ਇੱਕ ਪੈਰਾ ਪੜ੍ਹ ਕੇ ਤੁਹਾਨੂੰ ਦੱਸਦਾ, ਉਸ ਥੋੜ੍ਹਾ ਹੋਰ ਆਈਡੀਆ ਹੋ ਜਾਏਗਾ। ਜੋ ਰਾਣਾ ਜੀ ਤੁਸੀਂ ਵੀ ਸੁਣ ਲੈਣਾ, ਇਹ ਦਾ ਡੌਨ ਹੀ ਲਿਖ ਰਿਹਾ, ਅਥਾਰਟੀਜ਼ ਆਰ ਕਲੂਲੈਸ ਅਬਾਊਟ ਇਟਸ ਓਨਰ। ਅਥਾਰਟੀਜ਼ ਨੂੰ ਉੱਥੇ ਦੇ ਪ੍ਰਸ਼ਾਸਨ ਨੂੰ ਉਸਦੇ ਮਾਲਿਕ ਦੇ ਬਾਰੇ ਨਹੀਂ ਪਤਾ। ਰਾਣਾ ਜੀ ਵੀ ਤਸਦੀਕ ਕਰ ਰਹੇ ਆ, ਗੱਲ ਠੀਕ ਹੈ, ਮੰਨ ਲੈਂਦੇ ਹਾਂ। ਨਾਰੋਵਾਲ ਦੇ ਡੀਸੀ ਕਹਿੰਦੇ ਆ, ਵਾਹਿਦ ਅਸਗਰ ਸਾਹਿਬ ਜਿਹੜੇ ਇੰਚਾਰਜ ਨੇ ਰਿਕਾਰਡ ਦੇ, ਉਹ ਕਹਿੰਦੇ ਨੇ ਦੇਰ ਇਜ਼ ਨੋ ਮੈਂਸ਼ਨ ਆਫ ਦਿਸ ਬਿਲਡਿੰਗ ਇਨ ਦਾ ਰੈਵਨਿਊ ਰਿਕਾਰਡ। ਰੈਵਨਿਊ ਦੇ ਰਿਕਾਰਡ ਦੇ ਵਿੱਚ ਇਸ ਬਿਲਡਿੰਗ ਦਾ ਨਾਂ ਹੀ ਹੈ ਨਹੀਂ। ਤੁਸੀਂ ਕਹਿ ਰਹੇ ਹੋ ਪ੍ਰਾਈਵੇਟ ਪ੍ਰੋਪਰਟੀ, ਪ੍ਰਾਈਵੇਟ ਪ੍ਰੋਪਰਟੀ ਦਾ ਤਾਂ ਹੋ ਜਾਏ ਕਿਸੇ ਦਾ ਨਾਂ ਹੋਵੇ, ਉਹ ਨਾਂ ਹੀ ਹੈ ਨਹੀਂ। ਆਜ਼ਾਦੀ ਤੋਂ ਪਹਿਲਾਂ, ਆਜ਼ਾਦੀ ਤੋਂ ਬਾਅਦ ਅੱਜ ਤੱਕ ਉਸਦਾ ਜ਼ਿਕਰ ਹੀ ਹੈ ਨਹੀਂ, ਤੁਹਾਡੇ ਕੋਲ ਰਿਕਾਰਡ ਹੀ ਹੈ ਨਹੀਂ ਉਸਦਾ, ਫਿਰ ਪ੍ਰਾਈਵੇਟ ਪ੍ਰੋਪਰਟੀ ਕਿਵੇਂ ਹੋਗੀ। ਐਜ਼ ਇਟ ਸੀਮ ਟੂ ਬੀ ਹਿਸਟੋਰੀਕਲ ਵੀ ਆਰ ਚੈਕਿੰਗ ਦਾ ਮਿਊਨਸੀਪਲ ਕਮੇਟੀਜ਼ ਰਿਕਾਰਡ, ਉਹ ਇਹ ਕਹਿੰਦੇ ਨੇ। ਅਤੇ ਦੂਜਾ ਇੱਕ ਹੋਰ ਪੁਆਇੰਟ ਰੇਜ਼ ਕਰ ਰਹੇ ਭੁੱਲਰ ਸਾਹਿਬ, ETBB
ਜਿਹੜਾ ਸਿਆਲਕੋਟ ਜ਼ੋਨ ਦੇ ਰੈਂਟ ਕਲੈਕਟਰ ਰਾਣਾ ਵਹੀਦ ਸਾਹਿਬ ਨੇ, ਉਹ ਕਹਿੰਦੇ ਆ ਟੀਮ ਇਜ਼ ਇਨਵੈਸਟੀਗੇਟਿੰਗ ਦਾ ਗੁਰੂ ਨਾਨਕ ਮਹਿਲ ਬਾਠਾਂ ਵਾਲਾ, ਇਫ ਦਿਸ ਪਲੇਸ ਵਾਸ ਦਾ ਪ੍ਰੋਪਰਟੀ ਆਫ ਇਵੈਕੂਈ ਟਰੱਸਟ ਪ੍ਰੋਪਰਟੀ ਬੋਰਡ, ਲੀਗਲ ਐਕਸ਼ਨ ਵਿਲ ਬੀ ਟੇਕਨ ਅਗੇਂਸਟ ਦੋਜ਼ ਰਿਸਪੋਂਸੀਬਲ। ਕਹਿਣ ਦਾ ਭਾਵ ਹੈ ਉੱਥੇ ਦੀ ਸਰਕਾਰ ਨੂੰ, ਪ੍ਰਸ਼ਾਸਨ ਨੂੰ ਉਸ ਥਾਂ ਦੇ ਬਾਰੇ ਪਤਾ ਹੀ ਨਹੀਂ, ਅਤੇ ਜਿਹੜਾ ਬੰਦਾ ਰਹਿ ਰਿਹਾ ਉਹ ਆਪਣੀ ਮਰਜ਼ੀ ਨਾਲ ਹੀ ਕੰਮ ਕਰੀ ਜਾ ਰਿਹਾ। ਦੱਸੋ ਫਿਰ ਪ੍ਰਾਈਵੇਟ ਪ੍ਰੋਪਰਟੀ ਹੈ ਬਾਲੀ ਜੀ? ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਮਿਸਟਰ ਰਾਣਾ ਨੂੰ ਅਸੀਂ ਜ਼ਰੂਰ ਇੰਨੀ ਗੱਲ ਕਹਿਣਾ ਚਾਹਾਂਗੇ ਕਿ ਤੁਸੀਂ ਮੀਡੀਆ 'ਚ ਹੋ, ਮੀਡੀਆ ਦੀ 'ਚ ਹੋ, ਉੱਥੇ ਦੀ ਮੀਡੀਆ ਨੂੰ ਵੀ, ਉੱਥੇ ਦੀ ਮਿਨਿਸਟਰੀ ਔਰ ਉੱਥੇ ਦੇ ਪ੍ਰਾਈਮ ਮਿਨਿਸਟਰ ਨੂੰ ਖਾਸ ਕਰਕੇ ਇਹ ਕਹਿਣਾ ਚਾਹੀਦਾ ਕਿ ਜਦ ਹਿੰਦੁਸਤਾਨ ਔਰ ਪਾਕਿਸਤਾਨ ਇਹੋ ਜਿਹੀ ਜਗ੍ਹਾ 'ਤੇ ਆ ਕੇ ਖੜ੍ਹੇ ਹੋ ਰਹੇ ਨੇ ਕਿ ਆਪਸ 'ਚ ਸਮਝੌਤੇ ਹੋ ਜਾਣ, ਆਪਸ ਦੇ ਵਿੱਚ ਗੱਲਬਾਤ ਹੋ ਜਾਵੇ। ਵੈਸੇ ਉਮੀਦ ਕੋਈ ਨਹੀਂ ਸਾਨੂੰ ਇਹਨਾਂ ਕੋਲੋਂ, ਕਿਉਂਕਿ ਜੋ ਇਹਨਾਂ ਨੇ ਪੁਲਵਾਮਾ 'ਚ ਕੀਤਾ, ਜੋ ਇਹਨਾਂ ਨੇ ਜੰਮੂ ਕਸ਼ਮੀਰ 'ਚ ਕੀਤਾ, ਫਿਰ ਇੱਥੇ ਕਲੇਮ ਵੀ ਕਰਦੇ ਨੇ। ਦੇਖੋ ਜੇ ਅਸੀਂ ਬਾਬਰੀ ਮਸਜਿਦ ਦੀ ਗੱਲ ਕਰੀਏ, ਥੱਲੇ ਮੰਦਰ ਵੀ ਨਿਕਲੇ ਨੇ, ਮੰਦਰ ਦੀਆਂ ਮਿਨਾਰਾਂ ਵੀ ਨਿਕਲੀਆਂ ਨੇ, ਸਾਰੀਆਂ ਚੀਜ਼ਾਂ ਨਿਕਲੀਆਂ ਨੇ। ਮੈਂ ਤਾਂ ਹਾਈ ਕੋਰਟ, ਸੁਪਰੀਮ ਕੋਰਟ ਨੂੰ ਵੀ ਫਿਰ ਬੇਨਤੀ ਕਰਨਾ ਚਾਹਾਂਗਾ, ਫਿਰ ਠੀਕ ਹੈ ਜਦ ਉੱਥੇ ਦੀ ਪ੍ਰਾਪਰਟੀ ਨਹੀਂ ਹੈਗੀ ਗੌਰਮੈਂਟ ਦੀ, ਜਦ ਕੋਈ ਕਿਸੇ ਦੀ ਪ੍ਰਾਪਰਟੀ ਉੱਥੇ ਨਹੀਂ ਹੈਗੀ, ਤਾਂ ਕੋਈ ਵੀ ਬੰਦਾ ਆ ਕੇ ਇਹ ਕਹਿੰਦੇ ਜੀ ਨੂੰ ਡਿਮਾਲਿਸ਼ ਕਰ ਦੇ ਗੁਰੂ ਨਾਨਕ ਸਾਹਿਬ ਦੀ ਜਗ੍ਹਾ ਨੂੰ, ਔਰ ਇੱਥੇ ਆ ਕੇ ਕੋਈ ਵੀ ਬੰਦਾ ਇਹ ਕਲੇਮ ਕਰ ਰਿਹਾ ਜੀ ਮਸਜਿਦ ਸਾਡੀ ਸੀ, ਤੇ ਬਾਬਰ ਨੇ ਕੀ ਕੀਤਾ ਸੀ ਇੱਥੇ ਆ ਕੇ ਡਿਮਾਲਿਸ਼ ਕਰਕੇ ਮੰਦਰ ਜਿਹੜਾ ਹੈਗਾ ਉੱਤੇ ਮਸਜਿਦ ਬਣਾ ਲਈ ਸੀ, ਤੇ ਫਿਰ ਅਸੀਂ ਕਹਿਣਾ ਚਾਹਾਂਗੇ ਕਿ ਰਾਮ ਮੰਦਰ ਹੁਣ ਜ਼ਰੂਰ ਬਣਨਾ ਚਾਹੀਦਾ ਉੱਥੇ। ਆਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਨਾ, ਇਹਨਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰੇ ਉੱਥੇ ਦਾ ਮੀਡੀਆ ਜਿਹੜਾ ਹੈਗਾ। ਅਸੀਂ ਖਾਸ ਕਰਕੇ ਇਹ ਗੱਲ ਕਹਾਂਗੇ ਮਿਸਟਰ ਰਾਣਾ ਨੂੰ ਕਿ ਤੁਸੀਂ ਉੱਥੇ ਜਾ ਕੇ ਦੇਖਿਆ ਕਰੇ ਇਹ ਚੀਜ਼ਾਂ, ਅਗਰ ਸਮਝੌਤਾ ਕਰਨਾ, ਅਗਰ ਪਿਆਰ ਮੁਹੱਬਤ ਕਰਨਾ, ਅਗਰ ਆਵਾਮ ਦੇ ਨਾਲ ਆਪਸ 'ਚ ਅਸੀਂ ਠੀਕ ਤਰੀਕੇ ਨਾਲ ਚੱਲਣਾ, ਅਗਰ ਅਸੀਂ ਬਿਜ਼ਨਸ ਕਰਨੇ ਨੇ, ਤੇ ਸਭ ਤੋਂ ਪਹਿਲੇ ਸਾਨੂੰ ਰਿਲੀਜੀਅਸ ਤਰੀਕੇ ਦੇ ਨਾਲ ਆਪਾਂ ਨੂੰ ਵਧੀਆ ਤਰੀਕੇ ਨਾਲ ਚੱਲਣਾ ਚਾਹੀਦਾ। ਇੱਕ ਪਾਸੇ ਅਸੀਂ ਸਮਝੌਤਾ ਕਰਦੇ ਆ, ਇੱਕ ਪਾਸੇ ਅਸੀਂ ਡਿਮਾਲਿਸ਼ ਕਰ ਰਹੇ ਆ। ਸਮਾਂ ਘੱਟ ਹੈ ਫਿਰ ਆਪਣੇ ਕੋਲ, ਸਵਾਲ ਲੈਣ ਵਾਲੀ ਹੈ ਜੀ, ਨਹੀਂ ਮੈਂ ਉਹਨਾਂ ਦਾ ਪੁਆਇੰਟ ਲੈ ਕੇ ਤੁਹਾਡੇ ਕੋਲ ਆਉਂਗਾ, ਉਹਨਾਂ ਦਾ ਪੁਆਇੰਟ ਲੈ ਕੇ ਤੁਹਾਡੇ ਕੋਲ ਆਉਂਗਾ। ਪੁੱਲਰ ਸਾਹਿਬ ਇੱਕ ਮਿੰਟ ਰੁਕੋ, ਰਾਣਾ ਜੀ ਹੁਣ ਜਿਹੜੀ ਸਾਰੀ ਚੀਜ਼ਾਂ ਤੁਹਾਨੂੰ ਮੈਂਸ਼ਨ ਕੀਤੀਆਂ ਉਹਨਾਂ ਦਾ ਜਵਾਬ ਲੈ ਲਈਏ ਨਾ ਪੁੱਲਰ ਸਾਹਿਬ, ਆਪਾਂ ਤਾਂ ਹੀ ਡਾਇਲੋਗ 'ਚ ਇੰਗੇਜ ਹੋਵਾਂਗੇ। ਤੁਸੀਂ ਸਾਰੀ ਚੀਜ਼ਾਂ ਸੁਣੀਆਂ, ਪੈਨਲਿਸਟ ਵੀ ਸੁਣਿਆ ਤੁਹਾਨੂੰ, ਮੈਂ ਤੁਹਾਡੀ ਅਖਬਾਰ ਦੀ ਹੀ ਤਕਰੀਰ ਦੱਸੀ, ਉਹਨਾਂ ਦਾ ਫੈਕਟਸ ਦੱਸੇ ਆ, ਹੁਣ ਇਸ ਤੋਂ ਬਾਅਦ ਤੁਸੀਂ ਕੀ ਕਹੋਗੇ? ਮੈਂ ਗੌਰਵ ਸਾਹਿਬ ਇਹੀ ਗੱਲ ਤੇ ਮੈਂ ਤੁਹਾਡੇ ਨਾਲ ਕਰਨਾ ਚਾਹ ਰਿਹਾ, ਤੁਸੀਂ ਮੇਰੀ ਗੱਲ ਕੰਪਲੀਟ ਨਹੀਂ ਹੋਈ, ਤੁਸੀਂ ਬ੍ਰੇਕ ਤੇ ਚਲੇ ਗਏ, ਬ੍ਰੇਕ ਤੋਂ ਵਾਪਸ ਆ ਕੇ ਮੇਰੀ ਜਿਹੜੀ ਗੱਲ ਕੰਪਲੀਟ ਹੋ ਬਣਦਾ ਇਹ ਸੀ ਕਿ ਮੇਰੀ ਗੱਲ ਪਹਿਲੇ ਕੰਪਲੀਟ ਕਰ ਦੇਣਾ ਕਿ ਐਂਡ ਤੱਕ ਇਸ ਟਾਈਮ ਕਰੰਟ ਸਿਚੁਏਸ਼ਨ ਕੀ ਹੈ, ਉਹ ਕਿੱਥੇ ਤੱਕ ਪਹੁੰਚ ਗਏ, ਠੀਕ ਹੈ? ਉਸ ਤੋਂ ਪਹਿਲੇ ਠੀਕ ਹੈ, ਮੈਂ ਇਹ ਤੁਹਾਨੂੰ ਦੱਸਣਾ ਚਾਹ ਰਿਹਾ ਕਿ ਇਹ ਪ੍ਰੋਪਰਟੀ ਜਿਹਦੀ ਤੁਸੀਂ ਗੱਲ ਕਰਦੇ ਪਏ ਹੋ, ਇਹਦਾ ਤਲਕ ਸਿਰਫ ਬਾਬਾ ਗੁਰੂ ਨਾਨਕ ਦੇਵ ਸਾਹਿਬ ਦਾ ਤਲਕ ਸਿਰਫ ਇਹਨਾਂ ਵੇ ਇੱਕ ਨਾਮ ਦੇ ਨਾਲ, ਬਿਲਡਿੰਗ ਦਾ ਨਾਮ ਰੱਖ ਦਿੱਤਾ ਗਿਆ ਹੈ ਬਾਬਾ ਗੁਰੂ ਨਾਨਕ ਮਹਿਲ। ਹੁਣ ਮੈਂ ਇਹਦੀ ਐਗਜ਼ਾਮਪਲ, ਗੁਰੂ ਨਾਨਕ ਸਾਹਿਬ ਦੀਆਂ ਉੱਥੇ ਤਸਵੀਰਾਂ ਅੰਕਿਤ ਹੈਗੀਆਂ, ਉਹਨਾਂ ਦੇ ਤਸਵੀਰਾਂ ਅੰਕਿਤ ਹੈਗੀਆਂ, ਜਿਹੜੇ ਬਾਕੀ ਜਿਹੜੇ ਰੂਲਰ ਸਨ। ਇਹ ਕੀ ਗੱਲ ਹੋਈ ਯਾਰ, ਜਿੱਦਾਂ ਦੀ ਤੁਸੀਂ ਗੱਲ ਕਰ ਰਹੇ ਹੋ ਇਹ ਕੋਈ ਗੱਲ ਥੋੜੀ ਹੋਈ, ਜਿੱਦਾਂ ਦੀ ਬਾਬਰ ਦਾ ਬਾਬਰੀ ਮਸਜਿਦ ਦਾ ਕੀ ਮਤਲਬ ਸੀ ਉੱਥੇ, ਜੇ ਬਾਬਰ ਦਾ ਉਹਦਾ ਨਾਂ ਰੱਖ ਦਿੱਤਾ ਗਿਆ ਕੀ ਰਿਲੀਜੀਅਸ ਸੀ ਉੱਥੇ, ਅਸੀਂ ਕਹਿ ਦਿੰਦੇ ਹਾਂ ਫਿਰ ਇਹਨੂੰ ਜਿੱਦਾਂ ਦੀ ਤੁਸੀਂ ਗੱਲ ਕਰ ਰਹੇ। ਜੇ ਗੁਰੂ ਨਾਨਕ ਸਾਹਿਬ ਦੀ ਸੀ ਉੱਥੇ ਕੋਈ ਗੱਲ, ਤੁਸੀਂ ਕਹਿੰਦੇ ਹੋ ਕੋਈ ਪ੍ਰਾਈਵੇਟ ਪ੍ਰਾਪਰਟੀ ਸੀ ਉੱਥੇ, ਤੇ ਰੈਵਨਿਊ ਦੇ ਵਿੱਚ ਰਿਕਾਰਡ ਨਹੀਂ ਹੈਗਾ ਤੁਹਾਡੇ ਉੱਥੇ, ਕੁਛ ਨਹੀਂ ਹੈਗਾ, ਤੇ ਕੋਈ ਵੀ ਆ ਕੇ ਉਹਨੂੰ ਢਾਲਵੇ, ਫਿਰ ਇੱਥੇ ਕੇਸ ਕਾਹਦਾ ਹਿੰਦੁਸਤਾਨ ਦੇ ਵਿੱਚ? ਰਾਈਟ ਰਾਣਾ ਜੀ, ਇੱਕ ਮਿੰਟ ਪੁੱਲਰ ਸਾਹਿਬ, ਇਹ ਚੀਜ਼ਾਂ ਨੂੰ ਸਾਨੂੰ ਵੀ ਦੇਖਣਾ ਚਾਹੀਦਾ, ਫਿਰ ਸਾਡੇ ਹਿੰਦੁਸਤਾਨ ਨੂੰ ਵੀ ਦੇਖਣਾ ਚਾਹੀਦਾ। ਹਾਂ ਬਾਲੀ ਜੀ, ਇੱਕ ਮਿੰਟ ਰਾਣਾ ਜੀ। ਗੌਰਵ ਸਾਹਿਬ ਮੈਂ ਗੱਲ ਇਹ ਕਰਨਾ ਪਿਆ ਵਾ, 1947 ਤੋਂ ਜਦੋਂ ਤੱਕ ਮੈਂ ਦੱਸਿਆ ਕਿ ਪਾਰਟੀਸ਼ਨ ਹੋਈ, ਇੱਕ ਫੈਮਿਲੀ ਇੰਡੀਆ ਤੋਂ ਉੱਠੀ, ਉਹ ਫੈਮਿਲੀ ਆ ਕੇ ਪਾਕਿਸਤਾਨ ਦੇ ਵਿੱਚ ਰਿਹਾਇਸ਼ ਪਜ਼ੀਰ ਹੋ ਗਈ ਇਸ ਬਿਲਡਿੰਗ ਦੇ ਵਿੱਚ, ਠੀਕ ਹੋ ਗਿਆ? ਇਸ ਬਿਲਡਿੰਗ ਦਾ ਰਿਕਾਰਡ ਦੀ ਤੁਸੀਂ ਗੱਲ ਕਰਦੇ ਪਏ ਹੋ, ਬਿਲਕੁਲ ਇਸੇ ਤਰ੍ਹਾਂ ਹੀ ਉਹਦੇ, ਜਦੋਂ ਅਸੀਂ ਡਿਪਟੀ ਕਮਿਸ਼ਨਰ ਨਾਲ, ਮੈਂ ਬਜ਼ਾਤੇ ਖੁਦ ਵੀ ਰਾਬਤਾ ਕੀਤਾ, ਵਾਹਿਦ ਅਸਗਰ ਉਹਨਾਂ ਦਾ ਨਾਮ ਹੈ, ਮੈਂ ਉਹਨਾਂ ਨਾਲ ਰਾਬਤਾ ਕੀਤਾ, ਉਹਨਾਂ ਨੇ ਮੈਨੂੰ ਇਹੀ ਕਿਹਾ
ਕਿ ਅਸੀਂ ਜਦੋਂ ਇਹ ਇਹ ਬਿਲਡਿੰਗ ਜਿਹੜੀ ਹੈ ਡਿਮੋਲਿਸ਼ ਕੀਤੀ ਗਈ, ਉੱਥੋਂ ਦੇ ਇੱਕ ਰਿਹਾਇਸ਼ੀ ਨੇ ਉੱਠ ਕੇ ਐਪਲੀਕੇਸ਼ਨ ਦਿੱਤੀ। ਉਹਨੇ ਆ ਕੇ ਸਾਨੂੰ ਕਿਹਾ ਕਿ ਜਨਾਬ ਇਹ ਇੱਕ ਹਿਸਟੋਰੀਕਲ ਬਿਲਡਿੰਗ ਹੈ, ਹਿਸਟੋਰੀਕਲ ਬਿਲਡਿੰਗ ਹੈ ਤੇ ਲਿਹਾਜ਼ਾ ਇਹਨੂੰ ਡਿਮੋਲਿਸ਼ ਨਾ ਕੀਤਾ ਜਾਵੇ, ਇਹਨੂੰ ਰੋਕ ਦਿੱਤਾ ਜਾਵੇ। ਉਹਦਾ ਇਫੈਕਟ ਕੀ ਹੋਇਆ ਕਿ ਇਨਕੁਆਇਰੀ ਤੋਂ ਪਹਿਲੇ ਫੌਰੀ ਤੌਰ ਤੇ ਡਿਪਟੀ ਕਮਿਸ਼ਨਰ ਨੇ ਉਸ ਜਗ੍ਹਾ ਨੂੰ ਸੀਲ ਕਰਵਾ ਦਿੱਤਾ। ਇਸ ਟਾਈਮ ਉਹ ਜਗ੍ਹਾ ਸੀਲ ਹੈ, ਉਹਦੀ ਮਜ਼ੀਦ ਡਿਮੋਲਿਸ਼ਨ ਜਿਹੜੀ ਹੈ ਉਹ ਰੁਕ ਗਈ ਹੈ, ਉਹ ਹਾਲੇ ਨਹੀਂ ਹੋ ਰਹੀ। ਠੀਕ ਹੈ, ਹੁਣ ਅਗਲੀ ਚੀਜ਼ ਇਹ ਵੇ ਕਿ ਉਹ ਬਿਲਡਿੰਗ ਰਿਲੇਟ ਲਿੰਕਡ ਕਿਹਦੇ ਨਾਲ ਹੈ, ਬਾਬਾ ਗੁਰੂ ਨਾਨਕ। ਉਹਦਾ ਹੁਣ ਤੱਕ ਦੀ ਜਿਹੜੀ ਇਨਕੁਆਇਰੀ ਦੀ ਇਨਵੈਸਟੀਗੇਸ਼ਨ ਕੀਤੀ ਗਈ ਹੈ ਹੁਣ ਤੱਕ, ਅੱਜ ਸ਼ਾਮ ਤੱਕ, ਉਹ ਇਹ ਵੇ ਕਿ ਉਹ ਬਿਲਡਿੰਗ ਦਾ ਸਿਰਫ ਔਰ ਸਿਰਫ ਨਾਮ ਬਾਬਾ ਗੁਰੂ ਨਾਨਕ ਮਹੱਲ ਹੈ। ਉਹਦੀ ਐਗਜ਼ਾਮਪਲ ਇਹ ਇਸ ਤਰ੍ਹਾਂ ਮੈਂ ਤੁਹਾਨੂੰ ਦੇ ਦਿੰਦਾ ਵਾ ਕਿ ਮੈਂ ਇੱਕ ਮੁਸਲਮਾਨ ਹਾਂ, ਮੈਂ ਲਾਹੌਰ ਦੇ ਵਿੱਚ ਇੱਕ ਆਪਣਾ ਇੱਕ ਮਹੱਲ ਤਮੀਰ ਕਰ ਲੈਣਾ, ਮੈਂ ਇੱਕ ਘਰ ਤਮੀਰ ਕਰ ਲੈਣਾ, ਉਹਦਾ ਮੈਂ ਇੱਕ ਨਾਮ ਰੱਖ ਦਿੰਦਾ ਮੁਹੰਮਦੀ ਹਾਊਸ, ਮੁਹੰਮਦੀ ਹਾਊਸ ਉਹਦਾ ਮੈਂ ਨਾਮ ਰੱਖ ਦਿੰਦਾ ਵਾ ਆਪਣੇ ਪ੍ਰੋਫਿਟ ਨੂੰ ਸਾਹਮਣੇ ਰੱਖਦੇ ਉਹਨਾਂ ਨੂੰ ਉਹਨਾਂ ਦੀ ਮੁਹੱਬਤ ਦੇ ਵਿੱਚ। ਠੀਕ ਹੈ, ਇਹਦਾ ਮਤਲਬ ਇਹ ਤੇ ਨਹੀਂ ਕਿ ਉਹ ਰਿਲੀਜਨ ਤੇ ਸਾਹਮਣੇ ਰੱਖ ਕੇ ਇਹ ਪ੍ਰੋਪਰਟੀ ਉਹਨਾਂ ਦੇ ਨਾਮ ਹੋ ਗਈ ਹੈ। ਸਿਰਫ ਨਾਮ ਦੇ ਨਾਲ ਤੁਹਾਡਾ ਕਹਿਣ ਦਾ ਭਾਵ ਹੈ ਕਿ ਪ੍ਰੋਪਰਟੀ ਜਿਹੜੀ ਹੈਗੀ ਹੈ ਸਿੱਖ ਧਰਮ ਦੇ ਨਾਲ ਜੁੜਨੀ ਗਈ, ਗੁਰੂ ਨਾਨਕ ਦੇਵ ਜੀ ਨਾਲ ਜੁੜਨੀ ਗਈ, ਬਾਬਾ ਗੁਰੂ ਨਾਨਕ ਮਹੱਲ ਨਾਮ ਦੇ ਨਾਲ ਹੈ, ਸਿਰਫ ਨਾਮ ਦੇ ਨਾਲ ਤੱਕ। ਠੀਕ ਹੈ, ਆਲ ਰਾਈਟ ਗੁਲਰ ਸਾਹਿਬ, ਜਿਹੜੀ ਫੈਮਿਲੀ, ਮੇਰੀ ਗੱਲ ਕੰਪਲੀਟ ਕਰਨ ਦਿਓ, ਬਸ ਮੇਰੀ ਗੱਲ ਕੰਪਲੀਟ ਹੋ ਲੈਣ ਦਿਓ, ਫਿਰ ਅੱਗੇ ਜਾਣਾ। ਜਿਹੜੀ ਫੈਮਿਲੀ ਮਾਈਗ੍ਰੇਟ ਹੋਈ ਇੰਡੀਆ ਵੱਲ, ਜਿਹੜੀ ਫੈਮਿਲੀ ਇਸ ਬਿਲਡਿੰਗ ਚ ਉੱਠ ਕੇ ਇੰਡੀਆ ਚ ਮਾਈਗ੍ਰੇਟ ਹੋਈ, ਠੀਕ ਹੈ, ਜਿਹੜੀ ਫੈਮਿਲੀ ਮਾਈਗ੍ਰੇਟ ਹੋਈ ਭਾਰਤ ਤੋਂ ਬਾਅਦ, ਜਿਹੜੀ ਪਾਕਿਸਤਾਨ ਜਦੋਂ ਬਣਿਆ ਉੱਥੇ ਚਲੀ ਗਈ, ਉਸ ਤੋਂ ਬਾਅਦ ਉਹਨੇ ਹਵੇਲੀ ਤੇ ਉਸ ਮਹਿਲ ਤੇ ਕਬਜ਼ਾ ਕਰ ਲਿਆ, ਅੱਜ ਉਹਨੂੰ ਆਪਣੀ ਮਰਜ਼ੀ ਨਾਲ ਢਾ ਰਹੀ ਹੈ ਪਾਕਿਸਤਾਨ ਦੀ ਸਰਕਾਰ ਨੂੰ ਪਤਾ ਨਹੀਂ, ਉਹਨੇ ਢਵਾ ਦਿੱਤਾ ਤੇ ਅੱਜ ਜਾ ਕੇ ਜਦੋਂ ਖਬਰ ਪਾਕਿਸਤਾਨੀ ਮੀਡੀਆ ਚ ਆਈ ਤਾਂ ਜਾ ਕੇ ਸਰਕਾਰ ਜਾਗੀ ਹੈ। ਪੁੱਲਰ ਸਾਹਿਬ, ਪੁੱਲਰ ਸਾਹਿਬ ਵਾਲੀਆ ਜੀ, ਮੇਰਾ ਮਤਲਬ ਵੀ ਸੁਣ ਲਓ ਕਿ ਪਾਕਿਸਤਾਨੀ ਮੀਡੀਆ ਤੇ ਖਬਰ ਕਿਉਂ ਦਿੱਤੀ ਗਈ। ਸਾਡੇ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਨੇ ਹਰਜੀਤ ਸਿੰਘ ਭੁੱਲਰ, ਉਹਨਾਂ ਦਾ ਪੁਆਇੰਟ ਲੈ ਲਓ, ਰਾਣਾ ਜੀ ਇੱਕ ਮਿੰਟ ਸੁਣ ਲਓ ਜੋ ਕਹਿ ਰਹੇ, ਇੱਕ ਮਿੰਟ ਸੁਣ ਲਈਏ। ਰਾਣਾ ਜੀ, ਮੈਨੂੰ ਤੁਹਾਡੀ ਗੱਲ ਤੇ ਬੜਾ ਹਾਸਾ ਆ ਰਿਹਾ ਸੀ, ਹਾਂ, ਵੀ ਸਾਡੇ ਅਗਰ ਇੱਥੇ ਕੋਈ ਅਸੀਂ ਪ੍ਰੀ ਪਾਰਟੀ ਕੋਈ ਰਿਕਾਰਡ ਲੈਣਾ ਹੋਵੇ ਰੈਵਨਿਊ ਦੇ ਵਿੱਚੋਂ ਦੀ, ਅੱਜ ਵੀ ਉਰਦੂ ਚ ਲਿਖਿਆ ਹੋਇਆ ਮਿਲਦਾ ਹੈ, ਅੱਜ ਵੀ ਤੁਸੀਂ ਮਜ਼ਾਕ ਕਰਦੇ ਹੋ ਸਾਡੇ ਨਾਲ, ਵੀ ਉੱਥੇ ਕੋਈ ਰਿਕਾਰਡ ਨਹੀਂ ਹੈਗਾ ਉਹਦਾ, ਹਾਂ, ਕਮਾਲ ਕਰਦੇ ਤੁਸੀਂ, ਸਾਡੇ ਹਿੰਦੁਸਤਾਨ ਦੇ ਵਿੱਚ ਅੱਜ ਵੀ ਰਿਕਾਰਡ ਮਿਲਦੇ ਨੇ, ਲੱਠਾ ਕਹਿੰਦੇ ਨੂੰ, ਲੱਠਾ ਕਹਿੰਦੇ ਸੀ ਉਹਨੂੰ, ਔਰ ਤੁਸੀਂ ਕਹਿੰਦੇ ਉੱਥੇ ਰਿਕਾਰਡ ਹੈ ਨਹੀਂ, ਉਹ ਇੰਨੀ ਵੱਡੀ ਬਿਲਡਿੰਗ ਦਾ, ਤਿੰਨ ਬਿਲਡਿੰਗ, ਇੱਕ ਮਿੰਟ ਤਿੰਨ ਬਿਲਡਿੰਗ ਤੁਸੀਂ ਆਲਰੇਡੀ ਕਿਨਾਰੇ ਕਿਨਾਰੇ ਦੀ ਅਸੀਂ ਢਾ ਦੀਆਂ, ਤੁਹਾਡਾ ਪ੍ਰਸ਼ਾਸਨ ਸੁੱਤਾ ਪਿਆ ਸੀ, ਤੁਹਾਡਾ ਡੀਸੀ ਸੁੱਤਾ ਪਿਆ ਸੀ, ਲੋਕ ਸੁੱਤੇ ਪਏ ਸੀ, ਅੱਜ ਉਹ ਲਾਸਟ ਵਾਲੀ ਟਾਵਰ ਕਿਸੇ ਨੇ ਓਬਜੈਕਸ਼ਨ ਕੀਤਾ ਤੇ ਤੁਸੀਂ ਕਹਿੰਦੇ ਵੀ ਉਹਦਾ ਰਿਕਾਰਡ ਨਹੀਂ ਲੱਭ ਰਿਹਾ, ਬੜੀ ਸ਼ਰਮਨਾਕ ਗੱਲ ਹੈ ਜੀ ਵੀ ਉਹਦਾ ਰਿਕਾਰਡ ਨਾ ਹੋਵੇ। ਦੂਸਰੀ ਗੱਲ ਜਿਹੜਾ ਤੁਸੀਂ ਕਹਿੰਦੇ ਉਹਦਾ ਰਿਲੀਜੀਅਸ ਕੋਈ ਨਹੀਂ ਸੀਗਾ, ਇੱਕ ਬਿਲਡਿੰਗ ਖੜੀ ਹੈ ਉਹਦੇ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਤਸਵੀਰਾਂ ਬਣੀਆਂ ਹੋਈਆਂ ਨੇ, ਅੰਕਿਤ ਕੀਤੀਆਂ ਹੋਈਆਂ ਨੇ, ਪੇਂਟ ਕੀਤੀਆਂ ਹੋਈਆਂ ਨੇ, ਉਹਦੇ ਵਿੱਚ ਪੁਰਾਣੇ ਰਾਜ ਦੀਆਂ ਤਸਵੀਰਾਂ ਅੰਕਿਤ ਕੀਤੀਆਂ ਹੋਈਆਂ ਨੇ, ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਉਹਦਾ ਇਤਿਹਾਸ ਦੇ ਨਾਲ ਕੋਈ ਲਿੰਕ ਨਹੀਂ ਹੈਗਾ, ਅਗਰ ਉਹਦਾ ਇਤਿਹਾਸ ਨਾਲ ਲਿੰਕ ਨਹੀਂ ਹੈਗਾ ਉਹਦਾ ਤਸਵੀਰਾਂ ਕਿੱਥੋਂ ਆ ਗਈਆਂ, ਪੁਰਾਣੇ ਜ਼ਮਾਨੇ ਦਾ ਜਿਹੜਾ 200 ਸਾਲ ਪੁਰਾਣਾ ਜਾਂ 400 ਸਾਲ ਪੁਰਾਣਾ ਪੇਂਟ ਕਿੱਥੋਂ ਆ ਗਿਆ ਉੱਤੇ, 400 ਸਾਲ ਪੁਰਾਣਾ, 400 ਸਾਲ ਪੁਰਾਣਾ, 400 ਪੁਰਾਣੀ ਬਿਲਡਿੰਗ ਹੈ, ਉਹਦਾ ਇਤਿਹਾਸ ਹੋਏਗਾ ਨਾ ਜੀ, ਹਾਂ, 400 ਸਾਲ ਪੁਰਾਣੀ ਬਿਲਡਿੰਗ ਹੈ, ਉਹਦਾ ਕੋਈ ਇਤਿਹਾਸ ਹੋਏਗਾ? ਨਹੀਂ ਨਹੀਂ ਸਰ, ਮਿਸਟਰ ਰਾਣਾ ਆਪ ਇਸ ਗੱਲ ਨੂੰ ਮੰਨ ਰਹੇ ਹੈਗੇ ਨੇ ਕਿ ਕਿਸੇ ਦੇ ਨਾਂ ਤੇ ਬਿਲਡਿੰਗ ਨਹੀਂ ਹੈਗੀ। ਉਹ ਰਾਣਾ ਜੀ ਦੇ ਬਿਲਕੁਲ ਜਿਹੜਾ ਇੱਥੋਂ ਦੇ ਹੁਕਮਰਾਨ ਨੇ ਉਹਨਾਂ ਵਰਗੀ ਗੱਲ ਕਰਦੇ ਨੇ ਅਣਜਾਣ ਬਣ ਕੇ, ਵੀ ਇਹ ਭਾਰਤ ਦੇ ਉੱਤੇ ਅਤੋ ਦਿਨ ਅਟੈਕ ਕਰਤਾ, ਸਾਨੂੰ ਤਾਂ ਪਤਾ ਹੀ ਨਹੀਂ ਕਿੰਨੇ ਕਰਤਾ, ਸਾਡਾ ਕੋਈ ਤਾਲੁਕ ਹੀ। ਆਪਾਂ ਜਵਾਬ ਲੈ ਲਈ ਰਾਣਾ ਜੀ, ਪੁੱਲਰ ਸਾਹਿਬ ਜਵਾਬ ਲੈ ਲਈਏ, ਇੱਕ ਜਵਾਬ ਲੈ ਲਈਏ ਰਾਣਾ ਜੀ। ਗੌਰਵ ਸਾਹਿਬ, ਮੈਂ
ਫਿਰ ਉਹੀ ਗੱਲ ਮਤਲਬ ਕਿ ਘੁਮਾ ਕੇ ਇਸ ਚੀਜ਼ ਨੂੰ, ਇਹਦਾ ਮਕਸਦ ਤੁਹਾਨੂੰ ਮੈਂ ਹੁਣ ਦੱਸਾਂ ਕਿ ਇਸ ਖਬਰ ਨੂੰ ਬ੍ਰੇਕ ਕਰਨ ਦਾ ਸਾਡਾ ਮਕਸਦ ਕੀ ਸੀ। ਜਿਹੜੀ ਗੱਲ ਤੁਸੀਂ ਕਰ ਰਹੇ ਹੋ ਨਾ ਕਿ ਪਾਕਿਸਤਾਨੀ ਗਵਰਨਮੈਂਟ ਨੂੰ ਇਹਦਾ ਕਰਨਾ ਚਾਹੀਦਾ ਸੀ ਕਿ ਇਹ ਅਗਰ ਨੋਟਿਸ ਲੈਣਾ ਚਾਹੀਦਾ ਸੀ, ਹਿਸਟੋਰੀਕਲ ਬਿਲਡਿੰਗ ਹੈ, ਹਿਸਟੋਰੀਕਲ ਬਿਲਡਿੰਗ ਹੈ ਤੇ ਇਹ ਕਿਉਂ ਡਿਮੋਲਿਸ਼ ਹੋ ਰਹੀ ਹੈ। ਇਹਨੂੰ ਖਬਰ ਦੇਣ ਦਾ ਮਕਸਦ ਇਹ ਸੀ ਕਿ ਜਿਹੜੀ ਫੈਮਿਲੀ ਕਲੇਮ ਇਹ ਕਰਦੀ ਪਈ ਹੈ ਕਿ ਜਨਾਬ ਅਸੀਂ 1947 ਤੋਂ ਇੱਥੇ ਰਹਿ ਰਹੇ ਹਾਂ, ਇਹ ਸਾਡੇ ਦਾਦਾ ਪਰ ਪੋਸੀਬਲ ਹੈ ਕਿ ਸਾਡੇ ਕਿਸੇ ਪਰਦਾਦਾ ਦੇ ਕਿਸੇ ਦਾਦਾ ਦੇ ਨਾਮ ਇਹ ਹੋਵੇ, ਇਹ ਰਿਕਾਰਡ ਹੋਵੇ, ਲੇਕਿਨ ਇਸ ਟਾਈਮ ਸਾਡੇ ਕੋਲ ਮੌਜੂਦ ਨਹੀਂ ਹੈ, ਅਸੀਂ ਪ੍ਰੈਜੈਂਟ ਨਹੀਂ ਕਰ ਸਕਦੇ। ਉਹ ਇਹ ਉਸ ਫੈਮਿਲੀ ਦਾ ਮੌਕਫ ਹੈ ਜਿਹੜੀ ਉੱਥੇ ਰਾਜ ਪਜ਼ੀਰ ਹੈ। ਹੁਣ ਮਕਸਦ ਇਹ ਕਿ ਜਦੋਂ ਇੱਕ ਚੀਜ਼ ਸਾਹਮਣੇ ਆ ਗਈ ਗਵਰਨਮੈਂਟ ਦੇ ਅੰਡਰ, ਗਵਰਨਮੈਂਟ ਦੇ ਪੰਜਾਬ ਗਵਰਨਮੈਂਟ ਦੀ ਉਹਦੇ ਵਿੱਚ ਆ ਗਈ, ਇਨਫੋਰਮੇਸ਼ਨ ਦੇ ਵਿੱਚ ਆ ਗਈ, ਡਿਪਟੀ ਕਮਿਸ਼ਨਰ ਇਨਵਾਲਵ ਹੋ ਗਿਆ, ATPB ਜਿਹੜੀ ਤੁਸੀਂ ਜ਼ਿਕਰ ਕੀਤਾ ਕਿ ਉਹਨਾਂ ਕਲੂ ਲੈਸ ਨਹੀਂ, ਉਹਨਾਂ ਨੂੰ ਨਹੀਂ ਪਤਾ, ਲੇਕਿਨ ਜਦੋਂ ਇੱਕ ਚੀਜ਼ ਉਹਨਾਂ ਦੇ ਸਾਹਮਣੇ ਆ ਗਈ, ਉਹਨਾਂ ਨੇ ਇਨਕੁਆਇਰੀ ਵੀ ਬਿਠਾ ਦਿੱਤੀ, ਜਗ੍ਹਾ ਨੂੰ ਸੀਲ ਵੀ ਕਰ ਦਿੱਤਾ। ਠੀਕ ਹੈ, ਠੀਕ ਹੋ ਗਿਆ। ਸੁਣੋ ਹੁਣ ਅਗਲੀ ਗੱਲ ਇਹ ਵੇ, ਅਗਲੀ ਗੱਲ ਇਹ ਵੇ ਕਿ ਹੁਣ ਇਸ ਟਾਈਮ ਤੱਕ ਨਾ ਤੇ ਇਹ ਪ੍ਰੋਪਰਟੀ ਜਿਹੜੀ ਤੁਸੀਂ ਗੱਲ ਕਰਦੇ ਹੋ ਬਾਬਾ ਗੁਰੂ ਨਾਨਕ ਦੇਵ ਸਾਹਿਬ ਦੀਆਂ ਤਸਵੀਰਾਂ ਨੇ, ਬਿਲਕੁਲ ਤਸਵੀਰਾਂ ਉਹਦੇ ਵਿੱਚ ਸ਼ੋ ਹੋਈਆਂ ਨੇ, ਹਿਸਟੋਰੀਕਲ ਬਿਲਡਿੰਗ। ਇਸ ਤੋਂ ਵੱਧ ਹੋਰ ਚਾਹੀਦਾ ਕੀ ਇਹ ਦੱਸੋ, ਇਸ ਤੋਂ ਵੱਧ ਹੋਰ ਪ੍ਰੂਫ ਕੀ ਚਾਹੀਦਾ? ਹੁਣ ਅੱਜ ਦੇਖੋ ਇਹ ਅੱਜ ਤਾਂ ਇੰਡੀਆ ਤੋਂ ਜਾਗੇ ਦਾ ਕਿਸੇ ਨੇ ਬਣਾਈ ਨਹੀਂ, ਤੁਹਾਨੂੰ ਵੀ ਪਤਾ ਹੈ। ਨਹੀਂ ਗੌਰਵ ਸਾਹਿਬ, ਮੈਂ ਘਰ ਬਣਾਉਣਾ, ਮੈਂ ਆਪਣੇ ਘਰ ਦੇ ਵਿੱਚ ਇੱਕ ਤਸਵੀਰ ਲਾ ਲਵਾਂ ਤੇ ਫਿਰ ਉਸ ਤਸਵੀਰ ਦੀ ਬੇਸ ਉੱਤੇ ਮੈਂ ਆਪਣੀ ਪ੍ਰਾਪਰਟੀ ਕਿਵੇਂ ਉਸ ਤੋਂ ਬਣਾਉਣਾ? ਉਸਦੀ ਲੱਕੜ, ਉਸਦੇ ਦਰਵਾਜ਼ੇ, ਉਸਦੇ ਰੋਸ਼ਨਦਾਨ, ਉਸਦੀ ਮਿੱਟੀ, ਉਸਦੀ ਇੱਟਾਂ, ਉਹ ਆਪਣੇ ਆਪ ਦੀ ਤਸਦੀਕ ਕਰ ਰਹੀਆਂ ਕਿ ਕਿਹੜੇ ਭਲੇ ਵੇਲੇ ਦੀਆਂ ਬਣੀਆਂ ਹੋਈਆਂ, ਉਹ ਕਦੋਂ ਦੀ ਬਣਾਈ ਹੋਈ ਹੈ। ਗੌਰਵ ਸਾਹਿਬ, ਮੈਂ ਤੁਹਾਡੀ ਗੱਲ ਬਿਲਕੁਲ ਇਸ ਚੀਜ਼ ਨੂੰ ਮੰਨਦਾ ਵਾਂ ਕਿ ਉਹ ਬਿਲਡਿੰਗ ਪੁਰਾਣੀ ਹੈ, ਬਿਲਕੁਲ ਪੁਰਾਣੀ ਬਿਲਡਿੰਗ ਹੈ, ਲੇਕਿਨ ਇਸ ਪੁਰਾਣੀ ਬਿਲਡਿੰਗ ਨੂੰ ਰਿਲੇਟ ਇਸ ਚੀਜ਼ ਨਾਲ ਕਰਨਾ ਕਿ ਉਹ ਪ੍ਰਾਪਰਟੀ ਬਾਬਾ ਗੁਰੂ ਨਾਨਕ ਦੇਵ ਸਾਹਿਬ ਦੀ ਹੈ, ਇਹ ਚੀਜ਼ ਨਹੀਂ ਹੈ, ਇਹ ਚੀਜ਼ ਗਲਤ ਹੈ। ਜਿਹੜੀ ਫੈਮਿਲੀ ਉੱਥੇ ਰਹਿ ਰਹੀ ਹੈ ਨਹੀਂ ਉਹ ਨਹੀਂ ਹੈ ਜਿਹਨੇ ਢਾਕ ਕੇ ਰੱਖਿਆ। ਗੱਲ ਸਾਨੂੰ ਮੌਕਾ ਦਿਓ, ਇੱਕੋ ਗੱਲ ਦਿਓ ਜੀ, ਪੀਰ ਮੁਹੰਮਦ ਸਾਹਿਬ ਨੂੰ ਠੀਕ ਹੈ ਤੁਸੀਂ? ਹਾਂ, ਇੱਕ ਮਿੰਟ, ਪੀਰ ਮੁਹੰਮਦ ਸਾਹਿਬ ਦਾ ਪੁਆਇੰਟ ਲੈ ਲਈਏ। ਪੀਰ ਮੁਹੰਮਦ ਸਾਹਿਬ, ਮੇਨ ਗੱਲ ਇਹ ਆ ਕਿ ਨਲਾਇਕੀ ਸਾਡੀ ਇਹ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੰਨੀਆਂ ਵੀ ਇਸ ਤਰ੍ਹਾਂ ਦੀਆਂ ਇਤਿਹਾਸਿਕ ਸਥਾਨ ਹੈਗੇ ਨੇ ਜਾਂ ਜਿਹੜੀਆਂ ਗੁਰੂ ਸਾਹਿਬ ਨਾਲ ਰਿਲੇਟਡ ਨੇ, ਉਹਨਾਂ ਨੂੰ ਆਈਡੈਂਟੀਫਾਈ ਕਿਉਂ ਨਹੀਂ ਕੀਤਾ ਗਿਆ? ਹੁਣ ਵੀ ਇਹ ਜਿਹੜੀ ਘਟਨਾ ਹੈ, ਇਹ ਪੱਤਰਕਾਰ ਸਾਹਿਬ ਤਾਂ ਆਪਣਾ ਪੱਖ ਜਿਹੜਾ ਇੰਜ ਦੇ ਰਹੇ ਨੇ ਕਿ ਜਿਵੇਂ ਇਹਨਾਂ ਨੇ ਸਾਰਾ ਕੁਝ ਕਲੀਅਰ ਕਰ ਲਿਆ ਹੁੰਦਾ। ਮੇਨ ਗੱਲ ਇਹ ਰਾਣਾ ਅਲੀ ਜੋਹਰ ਜੀ ਕਿ ਗੁਰੂ ਸਾਹਿਬ ਨੇ ਆਪ ਆਪਣੇ ਹੱਥੀਂ ਸਾਰੀਆਂ ਜ਼ਮੀਨਾਂ 'ਤੇ ਨਹੀਂ ਖਰੀਦੀਆਂ, ਜਿੱਥੇ ਜਿੱਥੇ ਵੀ ਉਹਨਾਂ ਦੇ ਸ਼ਰਧਾਲੂ ਨੇ, ਜਿੱਥੇ ਜਿੱਥੇ ਉਹਨਾਂ ਨੂੰ ਆਸਥਾ ਉਹਨਾਂ ਨਾਲ ਜੁੜੀ ਹੋਈ ਹੈ, ਜਿਹੜੇ ਅਸਥਾਨ ਬਣ ਗਏ ਨੇ ਉਹਨਾਂ ਅਸਥਾਨਾਂ, ਹੁਣ ਪੰਜਾਬ ਦੇ ਅੰਦਰ ਕਿੰਨੇ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਨੇ, ਉਹ ਜਿਹੜੇ ਗੁਰਦੁਆਰਾ ਸਾਹਿਬ ਨੇ ਉਹ ਜ਼ਮੀਨ ਜਿਹੜੀ ਹੈ ਲੋਕਾਂ ਨੇ ਕਈ ਵਾਰ ਆਪ ਲਈ ਹੋਈ ਹੈ ਜ਼ਮੀਨ, ਇਹਦਾ ਮਤਲਬ ਹੈ ਕਿ ਉਹ ਜਿਸਦਾ ਜੀ ਕਰੇਗਾ ਉਹਨੂੰ ਢਾ ਦੇਣਗੇ। ਇਸੇ ਤਰ੍ਹਾਂ ਹੀ ਉੱਥੇ ਜਿਹੜੇ ਪਵਿੱਤਰ ਅਸਥਾਨ ਨੇ ਜਾਂ ਇਹਨਾਂ ਦੇ ਆਪਣੇ ਆ, ਜਿਹੜੀਆਂ ਮਸਜਿਦਾਂ ਇਹਨਾਂ ਦੀਆਂ ਬਣੀਆਂ ਨੇ, ਇਤਿਹਾਸਿਕ ਮਸਜਿਦਾਂ ਨੂੰ ਛੱਡ ਦੇਣ, ਜਿਹੜੀਆਂ ਦੂਜੀਆਂ ਬਣੀਆਂ ਨੇ ਉਹ ਜੇ ਕਿਸੇ ਨੇ ਆਪਣੀ ਜ਼ਮੀਨ ਦੇ ਵਿੱਚ ਬਣਾਈ ਹੈ ਉਹਦਾ ਜਦੋਂ ਜੀ ਕਰੇਗਾ ਉਹਨੂੰ ਢਾ ਦੇਗਾ। ਉਹਦੇ ਨਾਲ ਆਸਥਾ ਜੁੜੀ ਹੋਈ ਹੈ ਕਰੋੜਾਂ ਲੋਕਾਂ ਦੀ, ਆਸਥਾ ਜੁੜੀ ਹੋਈ ਹੈ, ਨਾਲੇ ਹੁਣ ਜਿਹੜਾ ਲੈਂਡ ਮਾਫੀਆ ਜਿਹੜਾ ਹੈਗਾ ਉੱਥੇ ਉਹ ਸਰਗਰਮ ਹੈ, ਤੇ ਇਹ ਤੁਹਾਡੀ ਸਰਕਾਰ ਨੂੰ ਵੇਖਣਾ ਕਿਸ ਤਰੀਕੇ ਦੇ ਨਾਲ ਦੋ ਮੁਲਕ ਜਿਹੜੇ ਆ ਹੁਣ ਕਿਤੇ ਨਾ ਕਿਤੇ ਨੇੜੇ ਆਉਂਦੇ ਦਿਖਾਈ ਦੇ ਰਹੇ ਆ, ਇਕੱਠੇ ਹੁੰਦੇ ਦਿਖਾਈ ਦੇ ਰਹੇ ਆ, ਤੇ ਉਸ ਦਰਮਿਆਨ ਅਜਿਹੀਆਂ ਚੀਜ਼ਾਂ ਹੋ ਜਾਣ, ਤੁਹਾਡੀ ਸਰਕਾਰ ਨੂੰ ਸੱਚੇ ਤੇ ਰਹਿਣਾ ਪੈਣਾ। ਇਕਬਾਲ ਜੀ ਵੈਰੀ ਸ਼ੋਰਟਲੀ ਜਵਾਬ ਲੈ ਲਓ, ਮੈਂ ਆਉਂਗਾ ਤੁਹਾਡੇ ਕੋਲ ਹੀ ਕਨਕਲੂਡ ਕਰੂੰਗਾ। ਇਕਬਾਲ ਜੀ, ਹਾਂ ਹਾਂ ਹਾਂ,
ਗੌਰਵ ਜੀ, ਮੈਂ ਤਾਂ ਪਾਕਿਸਤਾਨ ਸਰਕਾਰ ਤੋਂ ਮੰਗ ਕਰਦਾ ਵੀ ਇੱਕ ਕਮਿਸ਼ਨ ਬਣਾਇਆ ਜਾਵੇ ਜਿਹੜਾ ਪਹਿਲਾਂ ਵੀ ਪ੍ਰੋਪਰਟੀਆਂ ਹੜੱਪੀਆਂ ਸਾਰੀਆਂ ਨੂੰ ਕਢਾ ਕੇ ਜਿਨ੍ਹਾਂ ਨੇ ਹੜੱਪੀਆਂ ਉਹਨਾਂ ਤੋਂ ਵਸੂਲ ਕੀਤਾ ਜਾਵੇ ਹਰਜਾਨਾ ਜਿੰਨਾ ਵੀ ਉੱਥੇ। ਠੀਕ ਹੈ, ਗੁਰੂ ਨਾਨਕ ਕਮਿਸ਼ਨ ਬਣਾਉਣਾ ਚਾਹੀਦਾ ਪਾਕਿਸਤਾਨ ਸਰਕਾਰ ਨੂੰ, ਇਮਰਾਨ ਖਾਨ ਨੂੰ, ਤਾਂ ਕਿ ਪੁਰਾਣੀਆਂ ਪ੍ਰਾਪਰਟੀਆਂ ਨਹੀਂ ਹੋ ਸਕਣ। ਸਵਿਤਾ ਜੀ, ਮੇਰੇ ਕੋਲ ਸਮਾਂ ਘੱਟ ਹੈ। ਸਵਿਤਾ ਜੀ, ਗੌਰਵ ਜੀ, ਇੱਦਾਂ ਦੀ ਕੋਈ ਵੀ ਅੱਗੇ ਨਹੀਂ ਹੋਣਾ ਚਾਹੀਦਾ ਹੈਗਾ। ਇੱਦਾਂ ਦੀ ਰਿਲੀਜੀਅਸ ਜਿੰਨੀ ਵੀ ਬਿਲਡਿੰਗਸ ਹੈਗੀ ਹੈ, ਸਰਕਾਰ ਨੂੰ ਕਿਸੇ ਵੀ ਦੇਸ਼ ਦੀ ਉਸਨੂੰ ਬਚਾ ਕੇ ਰੱਖਣਾ ਚਾਹੀਦਾ ਹੈਗਾ। ਔਰ ਅਗਰ ਇਹ ਇੰਟੈਂਸ਼ਨਲੀ ਹੋਇਆ ਹੈਗਾ ਤਾਂ ਇਸਦੀ ਕਾਰਵਾਈ ਹੋਣੀ ਚਾਹੀਦੀ ਹੈਗੀ ਹੈ। ਔਰ ਅਗਰ ਪਾਕਿਸਤਾਨ ਫਰੈਂਡਲੀ ਰਿਲੇਸ਼ਨ ਚਾਹੁੰਦਾ ਹੈਗਾ ਤਾਂ ਜਾਂ ਤਾਂ ਫਰੈਂਡਲੀ ਰਿਲੇਸ਼ਨ ਬਣਾ ਲੈ, ਠੇਸ ਦੇਣਾ ਰਿਲੀਜੀਅਸ ਤੌਰ 'ਤੇ ਠੇਸਾ ਦੇਣਾ ਬੰਦ ਕਰ ਦੇ, ਜਾਂ ਫਿਰ ਬਿਲਕੁਲ ਸਾਈਡ ਖੜਾ ਹੋ ਜਾਏ। ਫਿਰ ਆਪਾਂ ਸਾਡੀ ਗਵਰਨਮੈਂਟ ਨੂੰ ਆਪਣਾ ਸਟੈਪ ਲੈ ਲੈਣਾ ਚਾਹੀਦਾ ਹੈਗਾ। ਰਾਈਟ ਰਾਈਟ, ਵੀ ਜਾਂ ਤਾਂ ਫਰੈਂਡਲੀ ਰਿਲੇਸ਼ਨ ਜਾਂ ਫਿਰ ਰਾਈਟ ਰਾਈਟ। ਰਾਣਾ ਜੀ, ਦਾ ਔਕਾਫ ਡਿਪਾਰਟਮੈਂਟ ਵਾਸ ਇਨਫੋਰਮਡ ਅਬਾਊਟ ਡੈਮੋਲੇਸ਼ਨ ਆਫ ਦਾ ਬਿਲਡਿੰਗ ਬਾਏ ਸਮ ਇਨਫਲੂਐਂਸ਼ੀਅਲ ਪਰਸਨਸ, ਬਟ ਨੋ ਆਫੀਸਰ ਔਰ ਆਫੀਸ਼ੀਅਲ ਟੁੱਕ ਐਨੀ ਐਕਸ਼ਨ ਔਰ ਈਵਨ ਰੀਚਡ ਦੇਅਰ। ਇਹਦਾ ਮਤਲਬ ਕੀ, ਇਹਦਾ ਭਾਵ ਕੀ, ਤੁਸੀਂ ਸਮਝਾ ਦਿਓ ਮੇਰੇ ਕੋਲ, ਇੱਕ ਮਿੰਟ ਦਾ ਸਮਾਂ ਕਿਰਪਾ। ਮੈਂ ਗੌਰਵ ਸਾਹਿਬ, ਮੈਂ ਤੁਹਾਨੂੰ ਇਹ ਗੱਲ ਪਹਿਲਾਂ ਕੀਤੀ ਹੈ ਕਿ ਜਦੋਂ ਡਿਮੋਲਿਸ਼ਿੰਗ ਦਾ ਇੱਕ ਵਕਤ ਆਇਆ ਤੇ ਇੱਕ ਬੰਦਾ ਉੱਠਿਆ ਉੱਥੋਂ ਦਾ ਹੀ ਮੌਜੂਦਾ, ਉਹਨੇ ਫੌਰੀ ਤੌਰ ਤੇ ਦਰਖਾਸਤ ਦਿੱਤੀ। ਦਰਖਾਸਤ ਦੇਣ ਤੋਂ ਬਾਅਦ ਉਹਨੇ ਕਿਹਾ ਜੀ ਡਿਮੋਲਿਸ਼ਿੰਗ ਹੋ ਰਹੀ ਹੈ, ਨਹੀਂ ਹੋਣੀ ਚਾਹੀਦੀ। ਠੀਕ ਹੈ, ਉਹਦਾ ਅਸਰ ਇਹ ਹੋਇਆ ਕਿ ਔਕਾਫ ਨਹੀਂ ਉੱਠਿਆ ਤੇ ਡੀਸੀ ਉੱਠ ਗਿਆ, ਉਹਨੇ ਉੱਠ ਕੇ ਜਾ ਕੇ ਜਗ੍ਹਾ ਸੀਲ ਕਰ ਦਿੱਤੀ। ਚਲੋ ਚੰਗੀ ਗੱਲ, ਤੁਹਾਡਾ ਡੀਸੀ ਉੱਠ ਗਿਆ ਤਾਂ ਠੀਕ ਹੋ ਗਿਆ। ਤੁਹਾਡੀ ਗੱਲ ਬੜੀ ਚੰਗੀ ਹੈ, ਅਸੀਂ ਇਸ ਨੋਟ ਦੇ ਉੱਪਰ ਡਿਬੇਟ ਨੂੰ ਅਸੀਂ ਵਿਰਾਮ ਦੇਵਾਂਗੇ। ਤੁਹਾਡੀ ਡਿਊਟੀ ਲਾ ਰਹੇ ਹਾਂ, ਤੁਹਾਡੀ ਡਿਊਟੀ ਲਾ ਰਹੇ ਹਾਂ ਰਾਣਾ ਜੀ। ਤੁਸੀਂ ਅਗਰ ਇੰਨੀ ਫਾਈਂਡਿੰਗ ਰਿਸਰਚ ਕਰਕੇ ਆਇਓ, ਤੁਹਾਡੀ ਡਿਊਟੀ ਲਾ ਰਹੇ ਹਾਂ, ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ। ਤੇ ਡੈਮੋਲਿਸ਼ਨ ਜਿਹੜੀ ਹੋਗੀ ਹੋਗੀ, ਇਸ ਨੂੰ ਰੁਕਵਾਉਣਾ ਹੈਗਾ ਤੁਸੀਂ, ਤੁਹਾਡੀ ਡਿਊਟੀ ਲਾ ਤੀ। ਹੁਣ ਅਸੀਂ ਸਾਰਿਆਂ ਨੇ, ਹੁਣ ਪੰਜਾਬ ਦੇਖ ਰਿਹਾ ਕਿ ਉੱਥੇ ਦੇ ਪੱਤਰਕਾਰ ਜਿਹੜੇ ਆ ਵਧੀਆ ਰਿਪੋਰਟਿੰਗ ਕਰਨ, ਸੱਚਾਈ ਸਾਹਮਣੇ ਵੀ ਆਏ ਸੀ ਇਹ ਡਿਬੇਟ ਤੇ। ਹਾਂ, ਇਹ ਤੁਸੀਂ ਵੇਖਣਾ ਕਿ ਕਮਿਸ਼ਨ ਬਣਾਏਗੀ ਤੁਹਾਡੀ ਸਰਕਾਰ, ਇਮਰਾਨ ਖਾਨ ਅੱਗੇ ਆਣਗੇ, ਇਹ ਸਵਾਲ ਹੈ। ਗੁਰੂ ਨਾਨਕ ਸਾਹਿਬ ਦੇ ਨਾਲ, ਸਿੱਖ ਧਰਮ ਨਾਲ ਜਿੰਨੀਆਂ ਵੀ ਥਾਵਾਂ ਜੁੜੀਆਂ ਹੋਈਆਂ, ਉਹਨਾਂ ਨੂੰ ਕਿਵੇਂ ਬਚਾ ਕੇ ਰੱਖਣਾ ਹੈਗਾ, ਉਹਨਾਂ ਨੂੰ ਹਿਸਟੋਰੀਕਲ ਬਿਲਡਿੰਗਸ ਦੇ ਨਾਂ 'ਤੇ ਘੋਸ਼ਿਤ ਕਰਨਾ ਹੈਗਾ, ਤੁਸੀਂ ਆਪਣਾ ਫਰਜ਼ ਨਿਭਾਓ। ਉਸ ਤੋਂ ਬਾਅਦ ਸਾਡੀ SGPC, DSGMC, ਇਹਨਾਂ ਨੂੰ ਵੀ ਅਸੀਂ ਕਹਾਂਗੇ, ਇਹ ਵੀ ਜਾਣ ਰਾਬਤਾ ਤੁਹਾਡੇ ਨਾਲ ਕਾਇਮ ਕਰਨ, ਤਾਂ ਜੋ ਦੋਨੋਂ ਮੁਲਕਾਂ ਦੇ ਵਿੱਚ ਜੋ ਵੀ ਧਰੋਹਰ ਹੈਗੀ ਸਾਡੀਆਂ, ਉਹਨਾਂ ਨੂੰ ਬਚਾਇਆ ਜਾ ਸਕੇ। ਤੁਸੀਂ ਸਾਡਾ ਗੱਲਬਾਤ ਕੀਤੀ, ਚਰਚਾ ਕੀਤੀ, ਸਾਰਿਆਂ ਨੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪੰਜਾਬ ਪੁਆਇੰਟ ਦੇ ਵਿੱਚ ਅੱਜ ਇੰਨਾ ਹੀ, ਇਜਾਜ਼ਤ ਦਿਓ, ਧੰਨਵਾਦ।